ਮੁੱਦੇ ਦੀ ਗੱਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਸੁਰਿੰਦਰ ਢੱਲਾ। ਹਰ ਰੋਜ਼ ਨਵੇਂ ਅਤੇ ਪੰਜਾਬ ਲਈ ਅਹਿਮ ਮਸਲਿਆਂ 'ਤੇ ਅਸੀਂ ਗੱਲ ਕਰਦੇ ਹਾਂ ਔਰ ਅੱਜ ਗੱਲ ਕਰਾਂਗੇ SYL ਭਾਵ ਸਤਲੁਜ ਯਮੁਨਾ ਲਿੰਕ ਨਹਿਰ ਦੇ ਮਸਲੇ 'ਤੇ। ਮੁਲਕ ਦੇ ਵਿੱਚ SYL ਦੇ ਮਸਲੇ 'ਤੇ ਨਵੇਂ ਸਿਰੇ ਤੋਂ ਸਿਆਸਤ ਸ਼ੁਰੂ ਹੋ ਗਈ ਹੈ। ਹਰਿਆਣਾ ਦੇ ਵਿੱਚ ਇਨੈਲੋ ਨੇ ਐਲਾਨ ਕਰ ਦਿੱਤਾ ਹੈ ਕਿ ਅਸੀਂ 18 ਅਗਸਤ ਨੂੰ ਹਰਿਆਣਾ ਬੰਦ ਰੱਖਾਂਗੇ। ਪੰਜਾਬ ਦੇ ਵਿੱਚ ਸੁਖਪਾਲ ਸਿੰਘ ਖਹਿਰਾ ਨੇ ਅਰਵਿੰਦ ਕੇਜਰੀਵਾਲ 'ਤੇ ਨਵਾਂ ਸਵਾਲ ਪਾ ਦਿੱਤਾ ਹੈ। ਸੁਖਪਾਲ ਖਹਿਰਾ ਨੇ ਅਰਵਿੰਦ ਕੇਜਰੀਵਾਲ ਨੂੰ ਪੁੱਛਿਆ ਕਿ ਤੁਸੀਂ ਪੰਜਾਬ ਦੇ ਨਾਲ ਹੋ, ਭਗਵੰਤ ਮਾਨ ਦੇ ਧੜੇ ਨੂੰ ਪੁੱਛਿਆ ਕਿ ਤੁਸੀਂ ਕੇਜਰੀਵਾਲ ਦੇ ਨਾਲ ਹੋ ਜਾਂ ਪੰਜਾਬ ਦੇ ਨਾਲ ਹੋ। ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਵਿੱਚ ਰੋਹਤਕ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਸੀ ਕਿ SYL ਦੇ ਮਸਲੇ ਨੂੰ ਜਾਂ ਤਾਂ ਮਿਲ ਬੈਠ ਕੇ ਨਿਬੇੜਿਆ ਜਾਵੇ ਜਾਂ ਅਦਾਲਤਾਂ ਦੇ ਹੁਕਮ ਨੂੰ ਮੰਨਿਆ ਜਾਵੇ। ਔਰ ਇਹ ਵੀ ਗੱਲ ਗੌਰਤਲਬ ਹੈ ਕਿ ਪੰਜਾਬ ਦੇ ਵਿੱਚ ਸਾਰੀਆਂ ਧਿਰਾਂ ਅਰਵਿੰਦ ਕੇਜਰੀਵਾਲ ਦਾ ਵਿਰੋਧ ਕਰ ਰਹੀਆਂ ਨੇ ਅਤੇ ਕਹਿ ਰਹੀਆਂ ਨੇ ਕਿ ਪੰਜਾਬ ਦਾ ਪਾਣੀ ਕਿਸੇ ਕੀਮਤ 'ਤੇ ਹਰਿਆਣੇ ਵਿੱਚ ਨਹੀਂ ਜਾ ਸਕਦਾ। ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਪੰਜਾਬ 'ਚ ਕੈਪਟਨ ਅਮਰਿੰਦਰ ਸਿੰਘ ਤੋਂ ਲੈ ਕੇ ਪ੍ਰਕਾਸ਼ ਸਿੰਘ ਬਾਦਲ ਅਤੇ ਭਾਰਤੀ ਜਨਤਾ ਪਾਰਟੀ ਨੇ ਕਦੇ ਵੀ ਨਰਿੰਦਰ ਮੋਦੀ 'ਤੇ ਇਸ ਗੱਲ ਨੂੰ ਲੈ ਕੇ ਦਬਾਅ ਨਹੀਂ ਪਾਇਆ ਕਿ ਪ੍ਰਧਾਨ ਮੰਤਰੀ ਸਾਹਿਬ ਤੁਸੀਂ ਸਾਨੂੰ ਸਾਰਿਆਂ ਨੂੰ ਇਕੱਠੇ ਬਿਠਾ ਕੇ ਇਸ ਮਾਮਲੇ ਨੂੰ ਨਿਬੇੜੋ। ਪਾਰਲੀਮੈਂਟ ਦੇ ਵਿੱਚ ਵੱਡੇ ਵੱਡੇ ਫੈਸਲੇ ਕੀਤੇ ਜਾ ਸਕਦੇ ਨੇ ਪਰ ਪੰਜਾਬ ਦੇ ਇਸ ਮਸਲੇ ਦੀ ਗੂੰਜ ਪਿਛਲੇ ਕਈ ਸਾਲਾਂ ਤੋਂ ਮੈਂ ਪਾਰਲੀਮੈਂਟ ਦੇ ਵਿੱਚ ਨਹੀਂ ਸੁਣੀ। ਨਰਿੰਦਰ ਮੋਦੀ ਦੇਸ਼ ਵਿੱਚ ਵੱਡੇ ਵੱਡੇ ਫੈਸਲੇ ਕਰਨ ਵਾਲੇ ਆਗੂ ਦੇ ਤੌਰ 'ਤੇ ਜਾਣੇ ਜਾਂਦੇ ਨੇ ਪਰ SYL ਦੇ ਮਸਲੇ ਨੂੰ ਹੱਲ ਨਹੀਂ ਕਰ ਸਕੇ। 2014 ਦੀਆਂ ਚੋਣਾਂ ਤੋਂ ਪਹਿਲਾਂ ਜਗਰਾਓਂ ਵਿੱਚ ਉਹਨਾਂ ਨੇ ਦਾਅਵਾ ਕੀਤਾ ਸੀ ਕਿ ਪੰਜਾਬ ਦੇ ਕਿਸਾਨਾਂ ਦੀ ਬਾਂਹ ਮੈਂ ਫੜੂੰਗਾ, ਪਰ ਹਾਲੇ ਤੱਕ SYL ਦੇ ਮਸਲੇ 'ਤੇ ਪ੍ਰਧਾਨ ਮੰਤਰੀ ਦੀ ਵੀ ਕੋਈ ਪਹਿਲ ਨਹੀਂ ਦੇਖੀ ਗਈ। ਵੱਖ ਵੱਖ ਪੋਲੀਟੀਕਲ ਰਿਐਕਸ਼ਨ ਸੁਣੀਏ। ਉਸ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ ਨੇ ਵੀ ਇਹ ਨਵੀਂ ਲੜਾਈ ਸ਼ੁਰੂ ਕੀਤੀ ਹੈ SYL ਦੇ ਮਸਲੇ 'ਤੇ ਔਰ ਪੰਜਾਬ ਦੇ ਵੱਖ ਵੱਖ ਮਸਲਿਆਂ 'ਤੇ ਉਹਨਾਂ ਨੇ ਪੰਜਾਬ ਦੇ ਗਵਰਨਰ ਨੂੰ ਵੀ ਮੰਗ ਪੱਤਰ ਦਿੱਤਾ ਹੈ। ਔਰ ਕੀ ਖਹਿਰਾ ਦੀ ਬਦੌਲਤ ਇੱਕ ਵਾਰੀ ਮੁੜ ਤੋਂ SYL ਦਾ ਮਸਲਾ ਪੰਜਾਬ ਵਿੱਚ ਸੁਰਖੀਆਂ ਬਣਨ ਜਾ ਰਿਹਾ ਹੈ? ਕਿ ਨਰਿੰਦਰ ਮੋਦੀ ਤੱਕ ਇਹ ਦਬਾਅ ਪਹੁੰਚੇਗਾ ਕਿ ਪ੍ਰਧਾਨ ਮੰਤਰੀ ਖੁਦ ਦਖਲ ਦੇ ਕੇ ਇਸ ਮਸਲੇ ਨੂੰ ਨਿਬੇੜਨ ਦੀ ਕੋਸ਼ਿਸ਼ ਕਰਨ? ਕਿ ਪਾਰਲੀਮੈਂਟ ਦੇ ਵਿੱਚ ਕਦੀ SYL ਦਾ ਮਸਲਾ ਪੰਜਾਬ ਦੇ ਹੱਕ 'ਚ ਬੋਲੇਗਾ? ਇਹ ਸਾਰੇ ਸਵਾਲ ਨੇ ਜਿਨ੍ਹਾਂ 'ਤੇ ਗੱਲ ਕਰਾਂਗੇ। ਸਭ ਤੋਂ ਪਹਿਲਾਂ ਪੋਲੀਟੀਕਲ ਰਿਐਕਸ਼ਨ। SYL ਦਾ ਮਾਮਲਾ ਜਿਹੜਾ ਹੈ ਉਹਦੇ 'ਤੇ ਬਿਆਨ ਆਏ ਨੇ ਸਾਡੇ ਕਨਵੀਨਰ ਸਾਹਿਬ ਦੇ ਕਿ ਉਹ ਸੁਪਰੀਮ ਕੋਰਟ ਦੇ ਫੈਸਲੇ ਦਾ ਸਵਾਗਤ ਕਰਦੇ ਨੇ। ਬਸ ਇਹ ਕਰਨਗੇ, ਇਹੀ ਹੀ ਐਗਜੈਕਟਲੀ ਦੈਟ ਇਜ਼ ਵਾਈ ਵੀ ਆਰ ਡਿਮਾਂਡਿੰਗ ਆਟੋਨਮੀ ਫੋਰ ਪੰਜਾਬ। ਉਹ ਆਪਣੇ ਅਧਿਕਾਰ ਖੇਤਰ ਦੇ ਅਧੀਨ ਨੇ, ਉਹ ਦਿੱਲੀ ਦਾ ਪੱਖ ਦੇਖ ਸਕਦੇ ਨੇ, ਹਰਿਆਣੇ ਦਾ ਪੱਖ ਦੇਖ ਸਕਦੇ ਨੇ, ਲੇਕਿਨ ਪੰਜਾਬ ਦਾ ਪੱਖ ਕੌਣ ਦੇਖੂਗਾ? ਇਸ ਲਈ ਆ ਸਾਰਾ ਜਿਹੜਾ ਅਸੀਂ ਇਹ ਯਤਨ ਕਰ ਰਹੇ, ਚਾਰਾਜੋਈ ਕਰ ਰਹੇ ਹਾਂ ਤਾਂ ਕਿ ਪੰਜਾਬ ਦੇ ਇੰਟਰਸਟ ਕੰਪਰੋਮਾਈਜ਼ ਨਾ ਹੋ ਜਾਣ ਕਿਤੇ ਵੀ। ਔਰ ਅਸੀਂ ਲਾਰਜਰ ਇਸ਼ੂਜ਼ ਵੀ ਵਿਲ ਡਿਸਕਸ ਲੇਟਰ ਅਬਾਊਟ ਰੋਇਲਟੀ ਆਫ ਵਾਟਰਸ, ਉਹ ਬਾਅਦ ਦੀਆਂ ਗੱਲਾਂ, ਲੇਕਿਨ ਇਹ ਗੱਲ ਮੈਂ ਕਹਿਣਾ ਚਾਹੁੰਦਾ ਕਿ ਅਸੀਂ ਕਿਸੇ ਤਰ੍ਹਾਂ ਦਾ ਵੀ ਪੰਜਾਬ ਵਿਰੋਧੀ ਫੈਸਲੇ ਨੂੰ ਸਵੀਕਾਰ ਨਹੀਂ ਕਰਾਂਗੇ, ਨਹੀਂ ਕਰਾਂਗੇ। ਮੇਰਾ ਇਹ ਮੰਨਣਾ ਹੈ ਕਿ ਦੋਨੋਂ ਰਾਜਿਓ ਕੇ ਸਾਥ ਨਿਆਏ ਹੋਣਾ ਚਾਹੀਏ। ਨਿਆਏ ਕੌਣ ਕਰੇਗਾ? ਨਿਆਏ ਸੁਪਰੀਮ ਕੋਰਟ ਕਰੇਗਾ। ਸੁਪਰੀਮ ਕੋਰਟ ਕਾ ਜੋ ਵੀ ਆਦੇਸ਼ ਹੈ ਵੋ ਲਾਗੂ ਹੋਗਾ। ਅਭੀ ਤੱਕ ਇਨ ਸਾਰੀ ਪਾਰਟੀਓ ਨੇ SYL ਕੇ ਮੁੱਦੇ ਪੇ ਕੇਵਲ ਔਰ ਕੇਵਲ ਰਾਜਨੀਤੀ ਕਰੀ ਹੈ। ਹਮ ਰਾਜਨੀਤੀ ਨਹੀਂ ਕਰਨਾ ਚਾਹਤੇ। ਅਭੀ ਜਬ ਪੰਜਾਬ ਕੇ ਚੁਣਾਵ ਹੋਏ, ਪੰਜਾਬ ਕੇ ਚੁਣਾਵ ਮੇਂ ਕੈਪਟਨ ਅਮਰਿੰਦਰ ਨੇ ਮੈਨੀਫੈਸਟੋ ਜਾਰੀ ਕਰਾ ਥਾ। ਉਸ ਮੈਨੀਫੈਸਟੋ ਮੇਂ ਲਿਖਾ ਥਾ ਹਮ SYL ਕਾ ਪਾਣੀ ਬਿਲਕੁਲ ਨਹੀਂ ਦੇਂਗੇ ਹਰਿਆਣਾ ਕੋ। ਔਰ ਉਸਕੋ ਰਿਲੀਜ਼ ਕੌਣ ਕਰਕੇ ਆਇਆ ਥਾ? ਕੌਣ ਕਰਕੇ ਆਇਆ ਥਾ? ਸੁਰਜੇਵਾਲਾ। ਔਰ ਯਹਾਂ ਆ ਕੇ ਵੋ ਕੁਛ ਔਰ ਬੋਲਤੇ ਹੈ।
तो दो ही तरीके हैं इसको सॉल्व करने के, या तो भाईचारे से कर लो और या कोर्ट से कर लो, और तो कोई तीसरा तरीका नहीं है। तो भाईचारे से करते तो यहाँ इनकी बीजेपी की सरकार थी, वहाँ अकाली बीजेपी की सरकार थी, केंद्र में बीजेपी की सरकार थी, एक टाइम ऐसा भी था जहाँ तीनों जगह कांग्रेस की सरकार थी, तो क्यों नहीं करा इन्होंने भाईचारे से? तो इनका मकसद भाईचारे से समाधान करना नहीं है, इस मुद्दे को जीवित रखना है अपनी गंदी राजनीति के लिए। हमारा ये मानना है कि हमारी तो तीनों जगह सरकार है नहीं, तो हमारा ये मानना है कि कोर्ट का जो भी आदेश आएगा उसको सख्ती से लागू किया जाए। SYL ते बहुत गंदी राजनीति की गई। एक बार तिने था में कांग्रेस की सरकार सी, पंजाब च भी कांग्रेस सी, हरियाणे च भी कांग्रेस सी, सेंटर च भी कांग्रेस सी, उदों ये हल कर सकते सी, पर उदों भी कल्ली गंदी राजनीति की इन्होंने। तो एक बार फिर मौका आया जदों तिने जगह पर BJP की सरकार सी, पंजाब च भी अकाली BJP की सरकार सी, हरियाणे च भी BJP सरकार, तो सेंटर च भी BJP सरकार, उदों भी इन्होंने मौका खंझाता, उदों भी कल्ली राजनीति की है। जब तक दोनों स्टेटां बह के मुद्दे नूं सुलझा लैण, सुप्रीम कोर्ट के पंजाब का पक्ष बहुता वधिया तरीके नाल नहीं रख्या गया, जब तक अनाड़ी वकील भेजे गए उत्थे जां एडवोकेट जनरल ने प्रॉपर तरीके नाल नहीं रख्या गया। सो इस मुद्दे पर प्रधानमंत्री ने इंटरवीन किया कि असी महीने के ठीक कर लेंगे, फिर उस तो बाद होर हफ्ता मंग लिया होर, यह मैंने लगता वोटों तक लमका के फिर वोटों वेले SYL दो मुद्दे इदा ने, राम मंदिर तो SYL सिर्फ वोटों वेले आते हैं, जिद्दे वोटा पै जाते हैं उदे ही खत्म ठंडे वास्ते। असी पंजाब नाल है जी। माहर मेहमान अज स्टूडियो दे विच मेरे नाल मौजूद ने, मैं मुलाकात करा दिना दर्शन सिंह शंकर, दर्शन सिंह DPRO भी कहिंदे ने इन्हां नूं, श्रोमणी माफ करना आम आदमी पार्टी दे पंजाब दे बुलारे ने। बहुत स्वागत है दर्शन सिंह जी। सीनियर एडवोकेट ने इकबाल सिंह गिल, जिहड़े कि सलाहकार भी ने श्रोमणी अकाली दल दे। गिल साहब तुहाडा भी बहुत बहुत स्वागत है, और मन्ने परमन्ने पत्रकार रजेश मेहरा साहब भी हमेशा की तरह मेरे नाल मौजूद ने। मेहरा साहब बहुत बहुत स्वागत है। सब तो पहला एक सवाल मैं थोड़े कोले लै जाना दर्शन सिंह जी। सुखपाल खहरा उन्होंने बात पाती एक नवीं, कहिंदे अरविंद केजरीवाल साहब स्टैंड स्पष्ट करन SYL दे बयान ते, की वह पंजाब वालों के नाल ने या उन्होंने राय वक्री है जो उन्होंने हरियाणे च बयान दिता। तुसी भी अगर थोड़ी जी स्थिति स्पष्ट कर दो अरविंद केजरीवाल दे बयान ते। इस मामले ते जो मैं बयान केजरीवाल साहब दा सुनिया उसनूं अद्धा पेश किया जा रहा जी, पेश यह किया जा रहा है कि सुप्रीम कोर्ट का फैसला पानी के उत्ते जो आऊगा उन्होंने लागू करांगे, पर उन्होंने गल की कही है, उन्होंने ये कहा कि इहदे ते बहुत राजनीति हो चुकी है, तो इहदे दो हल ने उन्होंने मुताबक। एक तो यह है कि जिस तरह सुप्रीम कोर्ट ने एडवाइजरी दिती है सारे एडवाइज किया तरह कि बाहर सुप्रीम कोर्ट तो इसका हल कढ के वह केस निपटाया जाए। दूसरा सुप्रीम कोर्ट ने फैसला देना क्योंकि वो उत्थे जो रिटा चल रही ने उसका फैसला होना ही होना, तो उन्होंने सिर्फ ये किया है कि ये दो हल हो सकते ने उन्होंने अकल मुताबक, कि एक तो यह हल हो सकता है कि असं बाहर बैठ के हूँ मौका हैगा इसनों मुका लीए, इससे बहुत ही राजनीति लमका के झगड़े पा के आपस में स्टेटा के टेंशन पा के माहौल खराब करके उसकी बजाय असी बैठीए, क्योंकि केंद्र के जी मोदी सरकार है BJP की, तो अकाली दल की NDA की सरकार है, तो NDA की सरकार फैसला लैके दो मिनट के जिहड़ी राष्ट्रपति ने अपना रेफरेंस सुप्रीम कोर्ट में भेजा उसनों वापस भी ले सकती है, तो उस दे रेफरेंस दे विच फैसला करके जिस तरह सुप्रीम कोर्ट ने एडवाइज किया उसका जवाब भी दे सकती है, फैसला हल करा के दस सकती है। चलो चलो मैं एक जवाब ले लवां। गिल साहब
ਕੀ ਪ੍ਰਕਾਸ਼ ਸਿੰਘ ਬਾਦਲ ਨੇ ਇਸ ਵਕਤ ਚੁੱਪੀ ਬਣਾਈ ਹੋਈ ਹੈ? ਕੀ ਪ੍ਰਕਾਸ਼ ਸਿੰਘ ਬਾਦਲ ਨੂੰ ਨਹੀਂ ਚਾਹੀਦਾ ਕਿ ਉਹ ਸਿੱਧੇ ਮੋਦੀ ਸਾਹਿਬ ਦੇ ਘਰ ਜਾਣ ਔਰ ਮੋਦੀ ਸਾਹਿਬ ਨੂੰ ਕਹਿਣ ਕਿ ਤੁਸੀਂ ਆਲ ਪਾਰਟੀ ਬੈਠਕ ਸੱਦੋ ਜੀ, ਦਿੱਲੀ 'ਚ ਅਰਵਿੰਦ ਕੇਜਰੀਵਾਲ ਤਿਆਰ ਨੇ ਪ੍ਰਧਾਨ ਮੰਤਰੀ ਸਾਹਿਬ ਨਾਲ ਗੱਲ ਕਰਨ ਲਈ, ਪੰਜਾਬ ਦੀ ਸਰਕਾਰ ਵੀ ਤਿਆਰ ਹੋ ਜੂਗੀ, ਕੈਪਟਨ ਅਮਰਿੰਦਰ ਸਿੰਘ ਨੂੰ ਜੇ ਸੱਦਣ ਮੋਦੀ ਸਾਹਿਬ ਤਾਂ ਜ਼ਰੂਰ ਜਾਣਗੇ। ਬੀਜੇਪੀ ਦੀ ਸਰਕਾਰ ਤੁਹਾਡੀ ਆਪਣੀ ਹੈ ਹਰਿਆਣੇ ਦੇ ਵਿੱਚ, ਔਰ ਰਾਜਸਥਾਨ ਦੇ ਵਿੱਚ ਵੀ ਤੁਹਾਡੀ ਬੀਜੇਪੀ ਦੀ ਸਰਕਾਰ ਆਪਣੀ ਹੈ, ਪ੍ਰਕਾਸ਼ ਸਿੰਘ ਬਾਦਲ ਗੋਲ ਕਿਉਂ ਨਹੀਂ ਕਰਦੇ? ਇਹ ਬਹੁਤ ਇਤਿਹਾਸਿਕ ਲੀਡਰ ਬਣ ਸਕਦੇ ਸੀ ਜੇ ਇਹ ਮਾਮਲਾ ਖਤਮ ਕਰਾ ਦਿੰਦੇ। ਕੀ ਬਾਦਲ ਸਾਹਿਬ ਦੀ ਇੱਛਾ ਸ਼ਕਤੀ ਨਹੀਂ ਜਾਂ ਨਰਿੰਦਰ ਮੋਦੀ ਦੀ ਇੱਛਾ ਸ਼ਕਤੀ ਨਹੀਂ, ਜਾਂ ਤੁਹਾਨੂੰ ਲੱਗਦਾ ਕਿ ਨਹਿਰ ਤਾਂ ਅਸੀਂ ਪੰਜਾਬ 'ਚ ਜ਼ਮੀਨ ਮੋੜਤੀ, ਅਸੀਂ ਸਿਰਫ ਵੋਟਾਂ ਖੱਟਣ ਦੀ ਰਾਜਨੀਤੀ ਕਰਨੀ? ਡੱਲਾ ਜੀ, ਹਰ ਮਸਲੇ ਦੀ ਨਾ ਜੀ ਇੱਕ ਜੜ ਹੁੰਦੀ ਹੈ, ਮਸਲੇ ਨੂੰ ਜੇ ਅਗਰ ਆਪਾਂ ਉੱਤੋਂ ਫੜੀ ਜਾਈਏ ਉਹਦਾ ਮਸਲੇ ਦਾ ਹੱਲ ਨਹੀਂ ਹੁੰਦਾ, ਹੱਲ ਸਿਆਸੀ ਹੋਣਾ। ਸੁਪਰੀਮ ਕੋਰਟ ਦਾ ਫੈਸਲਾ ਤਾਂ ਮੰਨਿਆ ਨਹੀਂ ਸਰਕਾਰ ਨੇ, ਸੁਪਰੀਮ ਕੋਰਟ ਤਾਂ ਕਹਿੰਦੀ ਕਿ ਨਹਿਰ ਬਣਾਓ, ਪੰਜਾਬ ਵਾਲਿਆਂ ਨੇ ਨਹਿਰ ਮੋੜਤੀ। ਮੈਂ ਇਹ ਜਾਣਨਾ ਚਾਹੁੰਦਾ ਕਿ ਜਿੱਥੇ ਇਹ ਲੱਗੇ ਕਿ ਸਾਡਾ ਵਿਰੋਧ ਹੋ ਰਿਹਾ ਉੱਥੇ ਹੀ ਪਾਰਲੀਮੈਂਟ ਆ ਜਿਹੜੀ ਉਹ ਵਿਚਾਰ ਕਰੂਗੀ, ਪੰਜਾਬ ਖਤਮ ਹੋ ਰਿਹਾ, ਉੱਜੜ ਗਿਆ ਪੰਜਾਬ ਲਗਭਗ 75%, ਅਤੇ ਪਾਰਲੀਮੈਂਟ ਦੇ ਵਿੱਚ ਆਵਾਜ਼ ਕਿਸੇ ਨੇ ਬੁਲੰਦ ਨਹੀਂ ਕੀਤੀ। ਬੀਬੀ ਹਰਸਿਮਰਤ ਕੌਰ ਬਾਦਲ ਜੇ ਉੱਥੇ ਧਰਨੇ 'ਤੇ ਬਹਿ ਜੇ ਤਾਂ ਮੋਦੀ ਸਾਹਿਬ ਜ਼ਰੂਰ ਪੁੱਛਣਗੇ ਕਿ ਬੀਬਾ ਜੀ ਕਿਉਂ ਬੈਠੇ ਹੋ। ਅੱਜ ਜਿਹੜੀ ਵੀ ਜਿਸ ਮਸਲੇ 'ਤੇ ਮੈਂ ਗੱਲ ਕਰਨ ਲੱਗਿਆ ਸੀ, ਉਹ ਮਸਲਾ ਇਹ ਹੈ ਕਿ ਇਸ ਮਸਲੇ ਜਿਹੜੀ ਪਾਣੀਆਂ ਦਾ ਮਸਲਾ ਹੈਗਾ, ਇਹਦੀ ਜਿਹੜੀ ਜੜ ਹੈਗੀ ਆ ਉਹ ਪੰਜਾਬ ਰੀਓਰਗਨਾਈਜ਼ ਐਕਟ ਜਿਹੜਾ 1966 ਦਾ ਹੈ, ਉਹਦੇ ਜਿਹੜੇ ਸੈਕਸ਼ਨ ਨੇ 79, 80 ਅਤੇ 81 ਜੀ, ਇਹਨਾਂ ਦੇ ਵਿੱਚ ਲੁਕਿਆ ਹੋਇਆ ਉਹ ਸੈਕਸ਼ਨ ਜਿਹੜੇ ਨੇ ਉਹਨਾਂ ਨੂੰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਤੁਸੀਂ ਗੱਲ ਕੀਤੀ ਹੈ ਜੀ, ਸ਼ੁਰੂਆਤ ਬਾਦਲ ਉਹ ਜਿਹੜੇ ਉਹ ਸੈਕਸ਼ਨ, ਮੈਂ ਕਾਨੂੰਨੀ ਪਹਿਲੂਆਂ 'ਤੇ ਵਿਚਾਰ ਨਹੀਂ ਕਰਦਾ ਕਿ ਅਦਾਲਤਾਂ 'ਚ ਕੇਸ ਚੱਲ ਗਏ ਆਪਾਂ ਇਸ ਐਕਟ ਨੂੰ ਬਦਲੀਏ, ਜਿਹੜਾ ਪੰਜਾਬ ਪੁਨਰਗਠਨ ਐਕਟ ਸੀ ਉਹਦੇ 'ਚ ਪੰਜਾਬ ਦੇ ਹੱਕ ਹਾਰ ਗਏ। ਮੈਂ ਚਾਹੁੰਦਾ ਕਿ ਮੋਦੀ ਸਾਹਿਬ ਆਲ ਪਾਰਟੀ ਬੈਠਕ ਸਾਰੇ ਮੁੱਖ ਮੰਤਰੀਆਂ ਦੀ ਬੁਲਾ ਸਕਣ ਦੀ ਤਾਕਤ 'ਚ ਹੈ ਜਾਂ ਨਹੀਂ? ਜਿਹੜੀ ਗੱਲ ਤੁਸੀਂ ਕਹਿੰਦੇ ਹੋ ਮੈਂ ਉਹੀ ਤੁਹਾਨੂੰ ਦੱਸਦਾ ਜੀ, ਗੱਲ ਕੋਈ ਵੀ ਹੱਲ ਚਾਹੇ ਪੋਲੀਟੀਕਲੀ ਕਰੋ ਚਾਹੇ ਕਿਸੇ ਤਰੀਕੇ ਨਾਲ ਕਰੋ, ਜੇਕਰ ਕੰਮ ਤਾਂ ਕਾਨੂੰਨ ਦੇ ਮੁਤਾਬਕ ਹੀ ਹੋਣਾ ਜੀ। ਇਸ ਮਸਲੇ 'ਤੇ ਕਾਨੂੰਨ ਕੀ ਹੈ? ਕਾਨੂੰਨ ਇਹ ਹੈ ਕਿ ਅੱਜ ਕੀ ਖੜਾ ਕੀ ਹੈ ਕਾਨੂੰਨ, ਸੈਕਸ਼ਨ 78 ਅਤੇ 79, 80 ਤਿੰਨੇ ਸੈਕਸ਼ਨ ਅਗੇਂਸਟ ਦੀ ਕੌਂਸਟੀਟਿਊਸ਼ਨ ਖੜੇ। ਕੌਂਸਟੀਟਿਊਸ਼ਨ ਕਹਿੰਦਾ ਹੈ, ਇੰਟਰਨੈਸ਼ਨਲ ਲਾਅ ਵੀ ਇਹੀ ਕਹਿੰਦਾ ਅਤੇ ਦੇਸ਼ ਦਾ ਕੌਂਸਟੀਟਿਊਸ਼ਨ ਵੀ ਕਹਿੰਦਾ ਕਿ ਜਿਹੜਾ ਪੰਜਾਬ ਪਾਣੀ ਹੈ ਇਹਦੇ ਉੱਤੇ ਰਿਪੀਨੀਅਨ ਜਿਹੜੇ ਸਟੇਟ ਨੇ ਉਹਨਾਂ ਦਾ ਹੱਕ ਹੁੰਦਾ। ਲੇਕਿਨ ਸੈਕਸ਼ਨ 78, 80, 80 ਕੀ ਕਹਿੰਦੇ ਨੇ ਜੇ ਨਹੀਂ ਪੰਜਾਬ ਦੇ ਵਿੱਚ ਐਸਾ ਕੋਈ ਗੱਲ ਨਹੀਂ, ਪੰਜਾਬ 'ਚ ਇੰਟਰਨੈਸ਼ਨਲ ਲਾਅ ਨਾ ਲਾਓ, ਪੰਜਾਬ 'ਚ ਕੌਂਸਟੀਟਿਊਸ਼ਨ ਨਾ ਦੇਖੋ, ਪੰਜਾਬ ਦੇ ਵਿੱਚ ਇਹ ਲਾਅ ਹੈ 78 ਅਤੇ 79 ਦਾ ਕਿ ਜਿਹੜਾ ਭਾਖੜਾ ਬਿਆਸ ਵਿੱਚ ਮੈਨੇਜਮੈਂਟ ਬੋਰਡ ਹੈ ਉਹ ਤਿੰਨੇ ਦਰਿਆ ਜਿਹੜੇ ਬਾਕੀ ਬਚਦੇ ਨੇ ਉਹਨਾਂ ਨੂੰ ਕੰਟਰੋਲ ਕਰੂਗਾ, ਅਤੇ ਜੇਕਰ ਕੋਈ ਪਾਣੀ ਦਾ ਡਿਸਪਿਊਟ ਪੈਂਦਾ ਤਾਂ ਉਹ ਸੈਂਟਰ ਗੌਰਮੈਂਟ ਇਸ ਨੂੰ ਕਰੂ। ਮੈਂ ਸਮਝਦਾ ਇਹ ਇੱਕ ਕਾਨੂੰਨੀ ਤੌਰ 'ਤੇ ਚੈਲੰਜ ਕਰਨਾ ਵੱਖਰੀ ਗੱਲ ਹੈ, ਮੈਂ ਪੋਲੀਟੀਕਲ ਤੌਰ 'ਤੇ ਕਿ ਪੰਜਾਬ 'ਚ ਪੰਜਾਬ ਨੂੰ ਰਿਪੇਰੀਅਨ ਸਟੇਟ ਦਾ ਦਰਜਾ ਬਹਾਲ ਕੀਤਾ ਜਾਵੇ, ਮੈਨੂੰ ਕੋਈ ਪੋਲੀਟੀਕਲ ਮੂਵਮੈਂਟ ਨਹੀਂ ਨਜ਼ਰ ਆਈ। ਮੈਨੂੰ ਕਦੀ ਅਕਾਲੀ ਦਲ ਨੇ ਇਸ ਮਸਲੇ 'ਤੇ ਦਿੱਲੀ 'ਚ ਧਰਨਾ ਮਾਰਿਆ ਕਿ ਪੰਜਾਬ ਨੂੰ ਰਿਪੇਰੀਅਨ ਸਟੇਟ ਦੇ ਹੱਕ ਦਿੱਤੇ ਜਾਣ? ਜਿਹੜੀ ਗੱਲ ਤੁਸੀਂ ਕਹੀ ਹੈ ਸਰਦਾਰ ਬਾਦਲ ਨੇ 1980 ਦੇ ਵਿੱਚ, ਜਿਹੜੀ ਮੈਂ ਮਸਲੇ ਦੀ ਜੜ ਕਹੀ ਹੈ, ਮਸਲੇ ਦੀ ਜੜ ਨੂੰ ਪਕੜਿਆ ਸੀ, ਸੈਕਸ਼ਨ 78, 79, 80 ਨੂੰ ਤਿੰਨਾਂ ਨੂੰ ਚੈਲੇਂਜ ਕੀਤਾ ਸੁਪਰੀਮ ਕੋਰਟ 'ਚ। ਉਹ ਮੈਂ ਸੁਪਰੀਮ ਕੋਰਟ 'ਚੋਂ ਬਾਹਰ ਆਉਣਾ ਚਾਹੁੰਦਾ ਕਿਉਂਕਿ ਸੁਪਰੀਮ ਕੋਰਟ ਨੂੰ ਪਾਰਲੀਮੈਂਟ ਨਹੀਂ ਮੰਨਦੀ, ਆ ਫੈਸਲਾ ਬਦਲ ਤਾਂ ਸੁਪਰੀਮ ਕੋਰਟ ਦਾ ਪਾਰਲੀਮੈਂਟ ਨੇ। ਮੈਂ ਪੋਲੀਟੀਕਲ ਹੱਲ ਦੇਖਣਾ, ਮੈਂ ਪੋਲੀਟੀਕਲ ਹੱਲ ਦੇਖਣਾ ਕੀ ਪੰਜਾਬ ਦੀਆਂ ਸਾਰੀਆਂ ਧਿਰਾਂ ਨੂੰ ਇਕੱਠੇ ਹੋ ਕੇ ਰਾਜਨੀਤਿਕ ਤੌਰ 'ਤੇ ਸਾਡੀ ਪਾਰਲੀਮੈਂਟ ਦੇ ਵਿੱਚ ਇਹ ਗੱਲ ਨਹੀਂ ਚੱਕਣੀ ਚਾਹੀਦੀ ਕਿ ਤੁਸੀਂ SYL ਨੂੰ ਅੱਜ ਪਾਰਲੀਮੈਂਟ 'ਚ ਹੱਲ ਕਰੋ? ਫਿਰ ਮੈਂ ਤੁਹਾਡੀ ਗੱਲ ਦਾ ਜਵਾਬ ਦੇਣਾ ਕਿ ਪੋਲੀਟੀਕਲੀ ਵੀ ਜੇਕਰ ਕਰਨਾ ਹੈ ਤਾਂ ਉਹ ਜਿਹੜੇ ਸੈਕਸ਼ਨ 78, 79, 80 ਨੇ ਪਾਰਲੀਮੈਂਟ ਨੂੰ ਅਮੈਂਡ ਕਰਨੇ ਪੈਣਗੇ।
ਪਾਰਲੀਮੈਂਟ ਚਾਹੇ ਤਾਂ ਐਂਡ ਕਰ ਸਕਦਾ ਨਾ, ਤੇ ਇਹ ਮਸਲਾ ਪਾਰਲੀਮੈਂਟ ਚ ਕਿਉਂ ਨਹੀਂ ਜਾਂਦਾ? ਇਹੀ ਮੰਗ ਬਾਦਲ ਨੇ ਕੀਤੀ ਸੀ 1980 ਚ, ਕਿਉਂਕਿ ਇੰਦਰਾ 37 ਸਾਲ ਹੋ ਗਏ, 37-36 ਸਾਲ ਹੋ ਗਏ ਸਰ, ਕਿਉਂਕਿ ਇੰਦਰਾ ਗਾਂਧੀ ਨੇ ਕੀਤੇ ਸੀ, ਇੰਦਰਾ ਗਾਂਧੀ ਪੰਜਾਬ ਦੀ ਨਹੀਂ ਸੀ ਸੁਣਦੀ, ਇਸੇ ਕਰਕੇ ਸਾਡੇ ਅਸੀਂ ਸੁਪਰੀਮ ਕੋਰਟ ਚ ਗਏ ਸੀ, ਲੇਕਿਨ ਸੁਪਰੀਮ ਕੋਰਟ ਦੇ ਵਿੱਚ ਸਾਡੀ ਜਿਹੜੀ ਲਿਟਰਸੀ ਚੱਲਦੀ ਸੀ ਇਹਦਾ ਮੀਨ ਟਾਈਮ 80 ਦੇ ਵਿੱਚ ਸਰਦਾਰ ਦਰਬਾਰਾ ਸਿੰਘ ਪ੍ਰਕਾਸ਼ ਸਿੰਘ ਬਾਦਲ ਦੀ ਜਗ੍ਹਾ ਤੇ ਮੁੱਖ ਮੰਤਰੀ ਬਣ ਗਏ, ਉਹਨਾਂ ਨੇ ਇੰਦਰਾ ਗਾਂਧੀ ਨੇ 80 ਦੇ ਵਿੱਚ ਸਰਦਾਰ ਦਰਬਾਰਾ ਸਿੰਘ ਤੋਂ ਉਹ ਰਿੱਟ ਵਾਪਸ ਲੈ ਲਈ। ਮੈਂ ਸਮਝ ਗਿਆ, ਮੈਂ ਰਿੱਟਾਂ 'ਚ ਤਕਨੀਕੀ ਤੌਰ 'ਤੇ ਥੋੜ੍ਹਾ ਅਵੋਇਡ ਕਰਨਾ ਚਾਹੁੰਦਾ ਕਿਉਂਕਿ ਬਹੁਤ ਪੁਰਾਣੇ ਮਾਮਲੇ ਹੋ ਗਏ। ਮੇਰਾ ਸਭ ਇੱਛਾ ਸ਼ਕਤੀ ਨਜ਼ਰ ਆਈ ਪੰਜਾਬ ਦੀਆਂ ਪੋਲੀਟੀਕਲ ਧਿਰਾਂ 'ਚ, ਅਕਾਲੀ ਦਲ ਹੋਵੇ, ਕੈਪਟਨ ਅਮਰਿੰਦਰ ਹੋਵੇ, ਬੀਜੇਪੀ ਹੋਵੇ, ਕਿ ਨਰਿੰਦਰ ਮੋਦੀ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਕਹਿ ਸਕਣ ਕਿ SYL ਨੂੰ ਪਾਰਲੀਮੈਂਟ 'ਚ ਚੱਕੋ, ਕਿਉਂਕਿ ਇਹ ਮਸਲਾ ਮੈਂ ਪਾਰਲੀਮੈਂਟ 'ਚ ਨਹੀਂ ਸੁਣਦਾ। ਲੇਕਿਨ ਗੱਲ ਆਉਂਦੀ ਸਿੱਧੀ ਵੋਟ ਬੈਂਕ 'ਤੇ, ਜਿਹੜੀ ਵੀ ਪਾਰਟੀ ਇੱਛਾ ਸ਼ਕਤੀ ਜਿਤਾਉਂਦੀ ਆ, ਜੇ ਉਹ ਕਹਿੰਦੀ ਹੈ ਵੀ ਅੱਜ ਇੱਥੇ ਅਕਾਲੀ ਦਲ ਬਾਦਲ ਸੀਗੇ, ਉਹਨਾਂ ਨੇ ਤਾਂ ਕਹਿਣਾ ਸ਼ੁਰੂ ਤੋਂ, ਕਿਉਂਕਿ ਨੀਂਹ ਰੱਖੀ ਗਈ ਇਸ ਸਾਰੇ ਚੀਜ਼ ਦੀ ਵਿਵਾਦ ਦੀ ਇੰਦਰਾ ਗਾਂਧੀ ਤੋਂ। ਇੰਦਰਾ ਗਾਂਧੀ ਨੇ 8 ਅਪ੍ਰੈਲ 1982 ਦਾ ਦਿਨ ਤੁਹਾਨੂੰ ਯਾਦ ਹੋਣਾ ਪਟਿਆਲਾ 'ਚ ਕਪੂਰੀ ਨੀਂਹ ਰੱਖਿਆ, ਤਾਂ ਨੀਂਹ ਤੋਂ ਬਾਅਦ ਹੌਲੀ ਹੌਲੀ ਉੱਥੇ ਕੀ ਹੋਇਆ, ਹਰਚਰਨ ਸਿੰਘ ਲੌਂਗੋਵਾਲ ਪ੍ਰੈਜੀਡੈਂਟ ਸੀਗੇ, ਦਰਬਾਰਾ ਸਿੰਘ ਜੀ ਟੀਮ ਉਹਦੇ ਨਾਲ, ਨਹੀਂ ਨਹੀਂ ਉਹਦੇ ਨਾਲ ਪ੍ਰੋਬਲਮ ਕਿੱਥੇ ਆਈ ਹੈ, ਸਿਆਸੀ ਪ੍ਰੋਬਲਮ ਦੀ ਗੱਲ ਕਰ ਰਹੇ, ਉੱਥੋਂ ਸਿੱਧਾ ਧਰਮ ਯੁੱਧ ਸ਼ੁਰੂ ਹੋ ਗਿਆ। ਜਦੋਂ ਧਰਮ ਯੁੱਧ ਸ਼ੁਰੂ ਹੋ ਗਿਆ ਤੇ ਤੁਹਾਨੂੰ ਯਾਦ ਹੋਣਾ ਉਸ ਤੋਂ ਬਾਅਦ ਉਗਰਵਾਦ ਦਾ ਜ਼ਮਾਨਾ ਆ ਗਿਆ, ਇੰਦਰਾ ਗਾਂਧੀ ਦੀ ਹੱਤਿਆ ਹੋ ਗਈ, ਉਸ ਤੋਂ ਬਾਅਦ ਫਿਰ ਰਾਜੀਵ ਗਾਂਧੀ ਪ੍ਰਧਾਨ ਮੰਤਰੀ ਬਣੇ, ਉਹਨਾਂ ਨੇ ਫਿਰ ਰਾਜੀਵ ਲੌਂਗੋਵਾਲ ਫਿਰ ਦੁਬਾਰਾ, ਮੈਂ ਕਹਿੰਦਾ ਉਹ ਪੁਰਾਣਾ ਦੌਰ ਸੀ ਉਹਨੂੰ ਛੱਡ ਦਈਏ, ਉਹ ਇਤਿਹਾਸ ਹੈ। ਨਰਿੰਦਰ ਮੋਦੀ ਕੀ ਇਸ ਮਸਲੇ ਤੇ ਕੁਝ ਕਰਨ ਦੀ ਪੋਜੀਸ਼ਨ 'ਚ ਹੈਗੇ ਨੇ ਜਾਂ ਨਹੀਂ ਹੈਗੇ, ਦੱਸੋ। ਅੱਜ ਸਭ ਤੋਂ ਵੱਡੀ ਤਾਕਤ ਨੇ, ਦੇਖੋ ਕਰਨ ਟ੍ਰੇਨ ਚਲਾ ਰਹੇ ਨੇ, ਬਿਲਕੁਲ ਬੁਲਟ ਟ੍ਰੇਨ ਚੱਲ ਰਹੀ ਹੈ, ਪਰ SYL ਕਿਉਂ ਨਹੀਂ ਵਿਚਾਰਿਆ ਜਾ ਰਿਹਾ ਪਾਰਲੀਮੈਂਟ 'ਚ? ਦੇਖੋ ਇਹ ਸਾਰਾ ਕੁਝ ਸਿਆਸੀ ਹੈ, ਬਿਲਕੁਲ ਸਹੀ ਗੱਲ ਹੈ, ਲੇਕਿਨ ਇਸ ਵੇਲੇ ਉਹ ਪੋਜੀਸ਼ਨ 'ਚ ਹੈਗੇ ਕਿਉਂਕਿ ਉਹਨਾਂ ਕੋਲ ਇਸ ਵੇਲੇ ਪੂਰਨ ਬਹੁਮਤ ਹੈਗਾ, ਕਿਉਂਕਿ ਇਸ ਵੇਲੇ ਪੰਜਾਬ ਦੇ ਵਿੱਚ ਹੈਗੀ ਕਾਂਗਰਸ ਸਰਕਾਰ, ਕਿਉਂਕਿ ਕਾਂਗਰਸ ਸਰਕਾਰ ਜਦੋਂ 2016 'ਚ ਫੈਸਲਾ ਆਇਆ ਸੀ ਉਦੋਂ ਤੁਸੀਂ ਦੱਸਿਆ ਵੀ ਕੈਪਟਨ ਅਮਰਿੰਦਰ ਸਿੰਘ ਨੇ ਬਾਹਰ ਹੋ ਗਿਆ, ਠੀਕ ਹੈ, ਇਸ ਕਰਕੇ ਬੀਜੇਪੀ ਵੀ ਅਕਾਲੀ ਦਲ ਨਹੀਂ ਜਾਂਦੀ, ਕਿਉਂਕਿ ਅਕਾਲੀ ਦਲ ਨੇ ਵੀ ਪ੍ਰਕਾਸ਼ ਸਿੰਘ ਬਾਦਲ ਨੇ ਕਹਿ ਤਾ ਵੀ ਅਸੀਂ ਇੱਕ ਬੂੰਦ ਪਾਣੀ ਦੀ ਦੇਣੀ ਨਹੀਂ, ਹੁਣ ਹਰਿਆਣਾ ਕਹਿੰਦਾ ਅਸੀਂ ਲੈ ਕੇ ਰਵਾਂਗੇ, ਇਹ ਮਸਲਾ ਨਹੀਂ ਹੱਲ ਹੋਣਾ, ਕਿਉਂਕਿ ਚਾਹੇ ਨਰਿੰਦਰ ਮੋਦੀ, ਚਲੋ ਮੈਂ ਠੀਕ ਹੈ ਤੁਹਾਡੇ ਜਵਾਬ ਆ ਗਿਆ, ਮੈਂ ਮੇਰੇ ਹਿਸਾਬ ਨਾਲ ਇਹ ਮਸਲਾ ਸਿਆਸੀ ਹੈ, ਇਹ ਆਉਣ ਵਾਲੇ ਟਾਈਮ 'ਚ ਜਿੱਦਾਂ ਇਹਨੂੰ 1981 ਤੋਂ ਬਾਅਦ ਹਾਲ ਤੱਕ ਨਹੀਂ ਹੱਲ ਹੋਇਆ, ਇਹ ਹੱਲ ਨਹੀਂ ਹੋਣਾ। ਚਲੋ ਮੇਰਾ ਸਭ ਪੁਆਇੰਟ ਦੀ ਪੁਆਇੰਟ ਰਿਪਲਾਈ, ਗਿੱਲ ਸਾਹਿਬ ਤੁਹਾਡੀ ਨਜ਼ਰ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੀ ਕਰਨਾ ਚਾਹੀਦਾ ਪਾਰਟੀਬਾਜ਼ੀ ਤੋਂ ਉੱਤੇ ਉੱਠ ਕੇ, ਕੀ ਉਹ ਹੱਲ ਕਰ ਸਕਦੇ ਨੇ? ਦੇਖੋ ਇਹ ਤਾਂ ਸੁਪਰੀਮ ਕੋਰਟ ਨੇ ਸਪਸ਼ਟ ਕਹਿਤਾ ਕਿ ਸਾਰੀਆਂ ਧਿਰਾਂ ਨੂੰ ਕੇਂਦਰ ਸਰਕਾਰ ਬਿਠਾ ਕੇ ਇਸ ਮਸਲੇ ਦਾ ਹੱਲ ਕਰ ਰਹੇ। ਹੁਣ ਗੱਲ ਸਿੰਪਲ ਇਹ ਹੈ ਕਿ ਪਿਛਲੇ ਸਮੇਂ ਤੋਂ ਅਸੀਂ ਦੇਖਦੇ ਆ ਰਹੇ ਹਾਂ ਤੇ 14 ਤੋਂ ਲੈ ਕੇ ਜਦੋਂ ਦੀ ਮੋਦੀ ਨਰਿੰਦਰ ਮੋਦੀ ਜੀ ਦੀ ਸਰਕਾਰ ਕੇਂਦਰ ਦੇ ਵਿੱਚ ਬਣੀ ਹੈ NDA ਦੀ, ਪੰਜਾਬ ਦੇ ਵੱਲ ਸਾਰਿਆਂ ਨੂੰ ਪਤਾ ਇਸ ਗੱਲ ਦਾ ਕਿ ਪੰਜਾਬ ਦੇ ਲਈ ਉਹਨਾਂ ਨੇ ਕਦੇ ਸੋਚਿਆ ਹੀ ਨਹੀਂ। ਜਦੋਂ ਇਹ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਵੀ ਆਇਆ, ਇਹਦੀ ਹੀਅਰਿੰਗ ਵੀ ਹੋਈ, ਤਾਂ ਸੋਲੀਸਿਟਰ ਜਨਰਲ ਜਿਹੜਾ ਸਾਡੇ ਇੰਡੀਆ ਦਾ, ਉਹ ਹਰਿਆਣੇ ਦੇ ਹੱਕ 'ਚ ਪੇਸ਼ ਹੋਇਆ, ਹੱਕ ਦੇ ਵਿੱਚ ਉਹਨੇ ਦਲੀਲਾਂ ਦਿੱਤੀਆਂ ਨੇ ਕਿ ਹਰਿਆਣੇ ਨੂੰ ਜਿਹੜਾ ਪਾਣੀ ਮਿਲਣਾ ਚਾਹੀਦਾ। ਹੁਣ ਗੱਲ ਇਹ ਨਹੀਂ ਹੈ ਕਿ ਇੰਨਾ ਸਮਾਂ ਲੰਘ ਗਿਆ ਰਾਜਨੀਤੀ ਕਰਦਿਆਂ ਨੂੰ, ਪੰਜਾਬ ਦੇ ਵਿੱਚ ਕੈਪਟਨ ਦੀ ਸਰਕਾਰ ਰਹੀ ਕਾਂਗਰਸ ਦੀ, ਪੰਜਾਬ ਦੇ ਵਿੱਚ 10-15 ਸਾਲ ਸਮਝੋ ਵੀ ਬਾਦਲ ਸਾਹਿਬ ਦੀਆਂ ਸਰਕਾਰਾਂ ਰਹੀਆਂ, ਤੇ ਇਹਦੇ ਨਾਲ ਕੇਂਦਰ ਦੇ ਵਿੱਚ ਵੀ ਇਹਨਾਂ ਦੀਆਂ ਸਰਕਾਰਾਂ ਰਹੀਆਂ, ਭਾਜਪਾਈ ਦੇ ਟਾਈਮ ਵੀ ਬਾਦਲ ਸਾਹਿਬ ਚੀਫ ਮਿਨਿਸਟਰ ਸੀ, ਰਾਜਨੀਤੀ ਬਹੁਤ ਵੱਡੀ ਵੱਡੀ ਕਰ ਲਈ, ਜ਼ਮੀਨਾਂ ਅਕਵਾਇਰ ਕਰ ਲਈਆਂ, ਜ਼ਮੀਨਾਂ ਡੀਨੋਟੀਫਾਈ ਕਰਤੀਆਂ ਤੇ ਉੱਥੇ ਮੋਰਚੇ ਲੱਗ ਗਏ। ਅੱਜ ਹਰਿਆਣੇ ਦੇ ਵਿੱਚ ਜਿਹੜੀ ਸਿਚੁਏਸ਼ਨ ਇਹ ਹੁੰਦੀ ਆ
ਕਿ ਹਰਿਆਣੇ ਦੇ ਅੰਦੋਲਨ ਨੇ ਅੰਦੋਲਨ ਲਾਤਾ ਕਿ ਤੁਸੀਂ ਅੰਦੋਲਨ ਦੇ ਵਿੱਚ ਦੇਖਿਆ ਕੀ ਹੋਇਆ ਜੀ ਜੀ ਹਰਿਆਣੇ ਦੇ ਵਿੱਚ ਜਾਟ ਅੰਦੋਲਨ ਸੀ ਅਸੀਂ ਦੇਖੋ ਸਟੇਟਾਂ ਨੇ ਸਾਡੀਆਂ ਇੰਟਰਲਿੰਕ ਨੇ ਦਿੱਲੀ ਸਾਡੀ ਸਟੇਟ ਨੇ ਜਾਣਾ ਬਾਹਰ ਲੋਕ ਜਾਂਦੇ ਨੇ ਏਅਰਪੋਰਟ ਤੇ ਜਾਂਦੇ ਦੂਸਰੇ ਤੇ ਜਾਂਦੇ ਆ ਹਰਿਆਣਾ ਕਹਿੰਦਾ ਅਸੀਂ ਇਹਨਾਂ ਦਾ ਰਸਤਾ ਬੰਦ ਕਰ ਦਾਂਗੇ ਅਸੀਂ ਕਹਿੰਦੇ ਹਾਂ ਜੀ ਅਸੀਂ ਪਾਣੀ ਦੀ ਇੱਕ ਬੂੰਦ ਨਹੀਂ ਦੇਣੀ ਬੂੰਦ ਪਾਣੀ ਦੀ ਸਾਡੇ ਕੋਲ ਨਹੀਂ ਹੈ ਤੇ ਘੱਟੋ ਘੱਟ ਅਸੀਂ ਇਹ ਚੀਜ਼ ਨੂੰ ਪਬਲਿਕ ਤਾਂ ਕਰੀਏ ਵੀ ਸਾਡੇ ਕੋਲ ਕਿੰਨਾ ਪਾਣੀ ਸਾਡੇ ਕੋਲ ਕਿੰਨਾ ਪਾਣੀ ਹੈ ਗਿੱਲ ਸਾਹਿਬ ਮੈਂ ਇੱਕ ਸਵਾਲ ਲੈਣਾ ਚਾਹੁੰਦਾ ਮੈਂ ਤੁਸੀਂ ਸਲਾਹ ਕਰੋ ਅਕਾਲੀ ਦਲ ਦੇ ਉਹ ਬਿਲਕੁਲ ਮੈਨੂੰ ਕੋਈ ਇਤਰਾਜ਼ ਨਹੀਂ ਹੈ ਤੁਸੀਂ ਬਹੁਤ ਸੀਨੀਅਰ ਵਕੀਲ ਵੀ ਹੋ ਤੁਸੀਂ ਪੋਲੀਟੀਸ਼ੀਅਨ ਵੀ ਹੋ ਤੁਸੀਂ ਕੀ ਅਸਫਲਤਾ ਦੇ ਤੌਰ ਤੇ ਦੇਖੋਗੇ ਕਿ ਸਾਡੇ ਪ੍ਰਧਾਨ ਮੰਤਰੀ ਅੱਗੇ ਬਹੁਤ ਵੱਡਾ ਮੁੱਦਾ ਸੀ ਔਰ ਨਰਿੰਦਰ ਮੋਦੀ ਸਾਹਿਬ ਇਸ ਮਸਲੇ ਨੂੰ ਹੱਲ ਨਹੀਂ ਕਰ ਸਕੇ ਉਹਨਾਂ ਤੇ ਆਸਾਂ ਸੀ ਉਹ ਕਰ ਵੀ ਸਕਦੇ ਨੇ ਕਿਉਂਕਿ ਬੜੇ ਦਲੇਰਾਂ ਨਾਲ ਫੈਸਲੇ ਕੀਤੇ ਨੇ ਉਹਨਾਂ ਨੇ ਨਰਿੰਦਰ ਮੋਦੀ ਸਰਜੀਕਲ ਸਟ੍ਰਾਈਕ ਕਰਨ ਵਾਲੇ ਲੀਡਰ ਨੇ ਪਰ ਇਹ ਛੋਟੀ ਜਿਹੀ ਸਟ੍ਰਾਈਕ ਹੈ ਇਹ ਛੋਟੀ ਜਿਹੀ ਸਰਜੀਕਲ ਸਟ੍ਰਾਈਕ ਨਹੀਂ ਹੈ ਜੀ ਜਿਹੜਾ ਇੰਦਰਾ ਗਾਂਧੀ ਲਾਅ ਬਣਾ ਕੇ ਗਈ ਨੇ ਜਿਹੜਾ ਉਹਨੇ ਵੱਖ ਵੱਖ ਮੁੱਖ ਮੰਤਰੀਆਂ ਤੋਂ ਗਿਆਨੀ ਜੈਲ ਸਿੰਘ ਤੋਂ ਦਰਬਾਰਾ ਸਿੰਘ ਤੋਂ ਤੁਸੀਂ ਮੇਰੀ ਗੱਲ ਸੁਣ ਲਿਓ ਮੈਂ ਗਿੱਲ ਸਾਹਿਬ ਕਾਨੂੰਨ ਵਾਲੇ ਪਾਸੇ ਕਾਨੂੰਨ ਤਾਂ ਪਾਰਲੀਮੈਂਟ 'ਚ ਬਦਲੇ ਜਾ ਸਕਦੇ ਸੰਵਿਧਾਨ ਦਾ ਸੰਸ਼ੋਧਨ ਕਰ ਦਿੰਦੇ ਮੈਂ ਉਹਦੇ ਵਿੱਚੋਂ ਹੱਲ ਦੱਸੂਗਾ ਜੀ ਉਹਦੇ ਵਿੱਚੋਂ ਹੱਲ ਦੱਸੂ ਤੁਸੀਂ ਇੱਕ ਪੱਖ ਨਹੀਂ ਦੇਖ ਰਹੇ ਉਹਨਾਂ ਗਲਤ ਬਣੇ ਹੋਏ ਕਾਨੂੰਨਾਂ ਕਰਕੇ ਪੰਜਾਬ ਦੇ 17 ਮਿਲੀਅਨ ਏਕੜ ਫੁੱਟ ਪਾਣੀ ਦੇ ਵਿੱਚੋਂ ਜਿਹੜਾ ਤੁਸੀਂ ਕਹਿ ਰਹੇ 171 ਉਹ ਲੱਖਾਂ ਚ ਹੁੰਦਾ 171 ਲੱਖ ਮਿਲੀਅਨ ਏਕੜ ਫਿੱਟ ਜੀ 17 ਮਿਲੀਅਨ ਏਕੜ ਫਿੱਟ 100 ਲੱਖ 171 ਲੱਖ ਏਕੜ 17 ਮਿਲੀਅਨ ਏਕੜ ਫੁੱਟ ਜਿਹੜਾ ਪਾਣੀ ਆ ਉਹਦੇ ਵਿੱਚੋਂ ਨਾ ਉਹ ਬੋਲਦੇ ਨੇ ਨਾ ਉਹ ਸਾਡੇ ਨਾਲ ਕੋਈ ਗੱਲ ਕਰਦੇ ਨੇ ਕੱਲਾ 8.5 ਰਾਜਸਥਾਨ ਵਾਲੇ ਲਈ ਬੈਠੇ ਨੇ ਜਿਹਨਾਂ ਦਾ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਉਹ ਗੈਰ ਕਾਨੂੰਨੀ ਪਾਣੀ ਨੂੰ ਰੋਕੂਗਾ ਕੌਣ ਉਹਨੂੰ ਰੋਕੂਗਾ ਕੌਣ ਨੰਬਰ 2 ਤੇ ਜਿਹੜਾ ਪੰਜਾਬ ਦਾ ਜਿਹੜਾ ਸੂਬਾ ਮਾਲਕ ਹੈ ਉਹ 17 ਮਿਲੀਅਨ ਏਕੜ ਫੁੱਟ ਚੋਂ ਉਹਨੂੰ 4.25 ਦਿੱਤਾ ਗਿਆ ਦੈਟ ਮੀਨਸ ਕਿ ਉਹਦੇ ਕੋਲ 25 ਪੈਸੇ ਪਾਣੀ ਆ 25 ਪੈਸੇ ਪਾਣੀ ਹੋਣ ਕਰਕੇ ਉਹਨੂੰ 14 ਲੱਖ ਟਿਊਬਵੈਲ ਲਾਉਣਾ ਪਿਆ 14 ਲੱਖ ਟਿਊਬਵੈਲ ਲਾਉਣ ਕਰਕੇ ਉਹਦੀ ਧਰਤੀ ਅੱਜ ਰਾਜਸਥਾਨ ਦੇ ਬਰਾਬਰ ਜਾ ਰਹੀ ਹੈ ਵੰਡ ਜਾ ਰਹੀ ਹੈ ਰਾਜਸਥਾਨ ਚ ਸੇਮ ਆ ਰਹੀ ਹੈ ਪੰਜਾਬ ਦੀ ਧਰਤੀ ਖਾਲੀ ਹੋ ਰਹੀ ਹੈ ਪੰਜਾਬ ਦੀ ਧਰਤੀ ਨੌਜਵਾਨਾਂ ਤੋਂ ਖਾਲੀ ਹੋ ਰਹੀ ਹੈ ਪੰਜਾਬ ਦੀ ਧਰਤੀ ਪੰਜਾਬ ਤੋਂ ਖਾਲੀ ਹੋ ਰਹੀ ਹੈ ਕਿਉਂ ਕਿਉਂਕਿ ਗਲਤ ਕਾਨੂੰਨ ਖੜਾ ਹਜੇ ਵੀ ਖੜਾ 78-88 ਅੱਜ ਵੀ ਖੜੇ ਨੇ ਤੁਸੀਂ ਗੱਲਾਂ ਪੋਲੀਟੀਕਲ ਨਾ ਤੋਂ ਪੁੱਛੀ ਜਾਓ ਕਾਨੂੰਨ ਅਮੈਂਡ ਕਰਨੇ ਪੈਣੇ ਨੇ ਸੁਪਰੀਮ ਕੋਰਟ ਨਹੀਂ ਕੁਝ ਕਰ ਸਕਦੀ ਸੁਪਰੀਮ ਕੋਰਟ ਨੇ ਜੇਕਰ ਹਰਿਆਣੇ ਦੀ ਨਹਿਰ ਗਿੱਲ ਸਾਹਿਬ ਮੇਰਾ ਸਵਾਲ ਇਹੀ ਹੈ ਮੈਂ ਪੋਲੀਟੀਕਲ ਗੱਲ ਤੁਹਾਡੇ ਤੋਂ ਇਹ ਪੁੱਛ ਰਿਹਾ ਕੀ ਪਾਰਲੀਮੈਂਟ ਇਕੱਠੀ ਹੋ ਕੇ ਇਹ ਕਾਨੂੰਨ ਨਹੀਂ ਬਦਲ ਸਕਦੀ ਬਿਲਕੁਲ ਹੁਣ ਇੱਥੇ ਆਓ ਸਵਾਲ ਹੁਣ ਤੁਸੀਂ ਇੱਥੇ ਆਓ ਦੋ ਮਸਲੇ ਨੇ ਮਸਲੇ ਦੋ ਨੇ ਇੱਕ ਹੈਗਾ ਮਸਲਾ 78-89 ਨੂੰ ਅਮੈਂਡ ਕੀਤਾ ਜਾਵੇ ਤੇ ਉਹਨਾਂ ਨੂੰ ਐਜ਼ ਪਰ ਰਿਪੇਰੀਅਨ ਐਕਟ ਬਣਾਇਆ ਜਾਵੇ ਤੇ ਉਹਨਾਂ ਨੂੰ ਵਿਡਰਾ ਕੀਤਾ ਜਾਵੇ ਜੋ ਸਰਦਾਰ ਬਾਦਲ ਨੇ 80 ਚ ਮੰਗ ਕੀਤੀ ਸੀ ਉਹਨੂੰ ਠੀਕ ਕੀਤਾ ਜਾਵੇ ਤੇ ਬਾਦਲ ਸਾਹਿਬ ਨੇ 80 ਚ ਤਾਂ ਮੰਗ ਕਰ ਲਈ ਮੋਦੀ ਸਾਹਿਬ ਤੋਂ ਕਿਉਂ ਨਹੀਂ ਕੀਤੀ ਉਹ ਐਕਟ ਜਿਹੜਾ ਹੈਗਾ ਉਹਨੂੰ ਸੈਟ ਅਸਾਈਡ ਕਰਨ ਦੀ ਪਾਵਰ ਕਿਹਦੇ ਕੋਲੇ ਆ ਪਾਵਰ ਉਹਦੇ ਕੋਲੇ ਆ ਸੁਪਰੀਮ ਕੋਰਟ ਕੋਲੇ ਜੀ ਅਮੈਂਡ ਕਰਨ ਦੀ ਪਾਵਰ ਕੀ ਦੇਵੋ ਪਾਰਲੀਮੈਂਟ ਕੋਲੇ ਬਾਦਲ ਸਾਹਿਬ ਦੇ ਲੇਕਰ ਇੰਦਰਾ ਗਾਂਧੀ ਦੇ ਬਾਦਲ ਸਾਹਿਬ ਦੀ 9 ਮੰਤਰੀ ਹੈ ਬੀਬੀ ਹਰਸਿਮਰਤ ਕੌਰ ਜ਼ਰੀਏ ਸਵਾਲ ਤਾਂ ਚੱਕ ਸਕਦੇ ਨੇ ਪਾਰਲੀਮੈਂਟ 'ਚ ਜੇ ਭਗਵੰਤ ਮਾਨ ਕਵਿਤਾ ਸੁਣਾ ਸਕਦਾ ਹੈ ਕਿਸਾਨਾਂ ਦੀਆਂ ਆਤਮ ਹੱਤਿਆਵਾਂ ਦੀ ਤਾਂ ਬੀਬੀ ਹਰਸਿਮਰਤ ਕੌਰ ਬਾਦਲ ਹੀ ਮੰਗ ਨਹੀਂ ਕਰ ਸਕਦੇ ਅੱਜ ਜਿਹੜੇ ਫੈਸਲੇ ਹੋਏ ਖੜੇ ਨੇ ਜਿਹੜੇ ਜਿਹਦੇ ਹਿਸਾਬ ਨਾਲ 78-80 ਦੇ ਹਿਸਾਬ ਨਾਲ ਜਿਹੜਾ ਪੰਜਾਹ ਪ੍ਰਸੈਂਟ ਪਾਣੀ ਰਾਜਸਥਾਨ ਨੂੰ ਜਾ ਰਿਹਾ ਤੇ 25% ਪਾਣੀ ਜਿਹੜਾ ਹੈਗਾ ਹਰਿਆਣੇ ਨੂੰ ਜਾ ਰਿਹਾ ਉਸ ਇੱਕ ਮਿੰਟ ਦੇ ਵਿੱਚ ਨਵੀਆਂ ਲਿਟੀਗੇਸ਼ਨ ਆ ਜਾਣੀਆਂ ਨੇ ਕਿ ਸਾਨੂੰ ਜਿਹੜਾ 78-80 ਬਗੈਰ ਅਮੈਂਡ ਕੀਤੇ ਆ ਬਗੈਰ ਵਿਡਰਾ ਕੀਤੇ ਆ ਉਹਨਾਂ ਨੂੰ ਕੌਣ ਸੈੱਟ ਸਾਈਡ ਕਰ ਸਕਦਾ ਸੁਪਰੀਮ ਕੋਰਟ ਸੈੱਟ ਸਾਈਡ ਕਰ ਸਕਦੀ ਆ ਸੁਪਰੀਮ ਕੋਰਟ ਦੇ ਵਿੱਚ ਰਿਟ ਸਾਡੀ ਇੱਕ ਵਾਰ ਗਈ ਸੀ ਉਹ ਵਿਡਰਾ ਕਰਕੇ ਸਾਡੇ ਲਈ ਸਦਾ ਲਈ ਮੈਂ ਇੱਕ ਗੱਲ ਜਾਣਦਾ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਐਸ ਸੀ ਐਸ ਟੀ ਐਕਟ 'ਚ
ਤੇ ਪਾਰਲੀਮੈਂਟ ਨੇ ਉਹ ਫੈਸਲਾ ਪਲਟਤਾ। ਸੁਪਰੀਮ ਕੋਰਟ ਦਾ ਕਿਹੜਾ ਫੈਸਲਾ ਹੈ ਜਿਹੜਾ ਪਾਰਲੀਮੈਂਟ ਦੇ ਵਿੱਚ ਨਹੀਂ ਬਦਲਿਆ ਜਾ ਸਕਦਾ? ਜਿਹੜੇ ਜਿਹੜੀ ਤੁਸੀਂ ਗੱਲ ਕਰਦੇ ਹੋ ਨਾ ਜੀ, ਬਹੁਤ ਸਾਰੇ ਫੈਸਲੇ ਪਾਰਲੀਮੈਂਟ ਦੀਆਂ ਜੁਰਿਡਿਕਸ਼ਨਾਂ ਹੁੰਦੀਆਂ ਨੇ ਜੀ। ਜਿਹੜਾ ਪਾਣੀਆਂ ਦਾ ਮਸਲਾ ਨਾ ਜੀ, ਜੀ ਇਹ ਪਾਰਲੀਮੈਂਟ ਦਾ ਮਸਲਾ ਨਹੀਂ ਹੈ ਜੀ। ਪਾਣੀਆਂ ਦਾ ਮਸਲਾ ਹੈਗਾ ਐਜ਼ ਪਰ ਵਾਟਰ ਐਕਟ ਜੀ, ਟ੍ਰਿਬਿਊਨਲ ਬਣਦਾ ਜੀ ਕੌਣ? ਪਾਰਲੀਮੈਂਟ, ਪਾਰਲੀਮੈਂਟ ਬਣਾਉਂਦਾ। ਟ੍ਰਿਬਿਊਨਲ ਜਿਹੜਾ ਬਣਦਾ ਬਣਦਾ ਵਾਟਰ ਡਿਸਪਿਊਟ ਐਕਟ ਦੇ ਵਿੱਚ, ਟ੍ਰਿਬਿਊਨਲ ਬਣਾਉਂਦਾ ਕੌਣ? ਗਵਰਨਮੈਂਟ, ਸੈਂਟਰ ਗਵਰਨਮੈਂਟ ਜੀ ਪਾਰਲੀਮੈਂਟ ਬਣਾਉਂਦੀ ਹੈ। ਪਾਰਲੀਮੈਂਟ ਵਾਲੇ ਟ੍ਰਿਬਿਊਨਲ ਬਣਾ ਲੈਣ, ਉਹ ਡਿਸਾਈਡ ਕਰ ਲੈਣਗੇ ਕਿ ਵੈਦਰ ਰਾਜਸਥਾਨ ਪਾਣੀ ਲੈਣ ਦਾ ਹੱਕਦਾਰ ਹੈ ਕਿ ਨਹੀਂ, ਹਰਿਆਣਾ ਹੱਕਦਾਰ ਹੈ ਕਿ ਨਹੀਂ, ਉਹ ਜਿਹਾ ਆਧਾਰ ਨਾਲ ਮੈਂ ਦਿੰਦਾ। ਅੰਗਰੇਜ਼ ਰਾਜ ਚੱਲਦਾ ਸੀ ਇੱਥੇ, ਅਸੀਂ ਗੁਲਾਮ ਸੀ, ਲੇਕਿਨ ਲਾ ਰਿਪੇਰੀਅਨ ਅੰਗਰੇਜ਼ਾਂ ਨੇ ਲਾਗੂ ਕੀਤਾ ਹੋਇਆ ਸੀ। ਗੰਗਾ ਸਿੰਘ ਰਾਜਾ ਪੰਜਾਬ ਦੇ ਵਿੱਚੋਂ ਨਹਿਰ ਲੈ ਕੇ ਗਿਆ, ਲੇਕਿਨ ਪੰਜਾਬ ਨੂੰ ਰਾਇਲਟੀ ਦਿੰਦਾ ਸੀ। ਪਟਿਆਲਾ ਵੱਖਰੀ ਸਟੇਟ ਸੀ ਪੰਜਾਬ ਨਾਲੋਂ ਜੀ, ਹਾਲਾਂਕਿ ਪਟਿਆਲਾ ਅੱਜ ਦੇਖਣ ਨੂੰ ਲੱਗਦਾ, ਮੇਰੀ ਗੱਲ ਲੋਕਾਂ ਨੂੰ ਐਂ ਲੱਗੂਗੀ ਵੀ ਵੱਖਰੀ ਕਿਉਂ ਸੀ, ਰਾਜਾ ਸ਼ਾਹੀ ਚੱਲਦੀ ਸੀ। ਦਰਾਹੇ ਵਾਲੀ ਨਹਿਰ ਦੇ ਵਿੱਚੋਂ ਪਾਣੀ ਲੈ ਕੇ ਗਿਆ ਰਾਜਾ, ਰਾਇਲਟੀ ਦੇ ਕੇ ਗਿਆ ਪੰਜਾਬ ਨੂੰ। ਜਾਣੀ ਅੰਗਰੇਜ਼ ਰਾਜ, ਜਿਹਦੇ ਰਾਜ ਦੇ ਵਿੱਚ ਅਸੀਂ ਆਪਣੇ ਆਪ ਨੂੰ ਗੁਲਾਮ ਕਹਿੰਦੇ ਸੀ, ਉਹਦੇ ਰਾਜ ਦੇ ਵਿੱਚ ਰਿਪੇਰੀਅਨ ਲਾ ਲੜਦਾ ਰਿਹਾ, ਲੇਕਿਨ ਸਾਡੀ ਆਜ਼ਾਦੀ ਐਸੀ ਆ ਅਤੇ ਪੰਜਾਬ ਦੇ ਪਾਣੀ ਨੂੰ 92 ਪਾਣੀ 75% ਪਾਣੀ ਲੁੱਟ ਕੇ ਲੈ ਗਈ ਸਾਡੀ ਆਜ਼ਾਦੀ ਇਹ, ਅਤੇ ਸਾਡੇ ਨਾਲ ਕਿਸੇ ਨੇ ਬੇਇਨਸਾਫੀ ਦੂਰ ਨਹੀਂ ਕੀਤੀ। ਅੱਜ ਬੇਇਨਸਾਫੀ ਦੂਰ ਕਰਨ ਦੀ ਖਾਤਰ ਅਗਰ ਅਸੀਂ ਕੋਈ ਗੱਲ ਕਰਦੇ ਹਾਂ ਤਾਂ ਸਾਡੇ ਮਗਰ ਪਾ ਦਿੱਤੇ ਜਾਂਦੇ ਨੇ ਰਾਜਸਥਾਨ, ਅਤੇ ਮਗਰ ਪਾ ਦਿੱਤਾ ਜਾਂਦਾ ਹਰਿਆਣਾ, ਅਤੇ ਸਾਨੂੰ ਕਿਹਾ ਜਾਂਦਾ ਕਿ ਪਾਕਿਸਤਾਨ ਨਾਲ ਰਲੇ ਹੋਏ ਨੇ। ਅਤੇ ਤੁਹਾਡੇ ਸਾਹਮਣੇ ਜੋ 82 'ਚ ਹੋਇਆ, 82 ਤੋਂ 84 ਜੋ ਹੋਇਆ, ਉਹ ਪਾਣੀਆਂ ਤੋਂ ਸ਼ੁਰੂ ਹੋਇਆ ਸੀ ਜੀ। ਆਖਰੀ ਵਾਰੀ ਪੰਜਾਬ ਦੇ ਲੀਡਰਾਂ ਨੇ ਕਦੀ ਭੁੱਖ ਹੜਤਾਲ ਕੀਤੀ ਹੋਵੇ, ਕਦੀ ਉੱਥੇ ਵੈਲ 'ਚ ਗਏ ਹੋਣ, ਕਦੀ ਧਰਨਾ ਮਾਰਿਆ ਹੋਵੇ, ਕਦੀ ਲਾਈਵ ਵੀ ਹੋਏ ਹੋਣ? ਅੱਜ ਕੱਲ੍ਹ ਤਾਂ ਲਾਈਵ ਹੁੰਦਾ ਜੀ। ਮੈਂ ਤੁਹਾਨੂੰ ਕਹਿ ਰਿਹਾ ਡੱਲਾ ਜੀ, ਮੈਂ ਕਹਿ ਰਿਹਾ ਦੇਸ਼ ਦੀਆਂ ਜਿਹੜੀਆਂ ਕੋਰਟਾਂ ਨੇ ਐਜ਼ ਪਰ ਲਾ ਚੱਲਦੀਆਂ ਨੇ, ਐਜ਼ ਭਾਵੇਂ ਉਹ ਗਲਤ ਆ ਲਾ ਤੇ ਨੇ 78-80 ਭਾਵੇਂ ਗਲਤ ਨੇ, ਲੇਕਿਨ ਅੱਜ ਦੇ ਦਿਨ 'ਚ ਉਹ ਸਟੈਂਡ ਕਰਦੇ ਨੇ। ਅੱਜ ਦੇ ਦਿਨ 'ਚ ਸੁਪਰੀਮ ਕੋਰਟ ਬਾਊਂਡ ਆ ਉਹਨਾਂ ਨੂੰ ਬਚਾਉਣ ਲਈ, ਉਹਨਾਂ ਨੂੰ ਬਚਾਉਣ ਦੇ ਚੱਕਰਾਂ ਦੇ ਵਿੱਚ ਹੀ ਸੁਪਰੀਮ ਕੋਰਟ ਨੇ ਕਿਹਾ ਉਹਨਾਂ ਨੂੰ ਵੀ ਹਰਿਆਣੇ ਨੂੰ ਪਾਣੀ ਜਿਹੜੀ ਹੈ ਨਹਿਰ ਕੱਟ ਕੇ ਦੇਵੋ। ਉਹਨਾਂ 78-80 ਦਾ ਤਾਂ ਉਹ ਮਸਲਾ ਉਹਨਾਂ ਕੋਲ ਗਿਆ ਹੀ ਨਹੀਂ। ਚਲੋ ਮੈਂ ਠੀਕ ਹੈ, ਵਿਦਰਾ ਕਰ ਲਿਆ। ਤੁਹਾਡੀਆਂ ਜਿਹੜੇ ਟੈਕਨੀਕਲ ਤੁਹਾਡੇ ਰਿਪਲਾਈ ਨੇ ਉਹਨਾਂ ਦਾ ਵੀ ਸਤਿਕਾਰ ਹੈ। ਦਰਸ਼ਨ ਸਿੰਘ ਜੀ, ਕੀ ਤੁਸੀਂ ਸਰਕਾਰੀ ਅਫਸਰ ਰਹੇ ਹੋ, ਬਹੁਤ ਸਾਰੀਆਂ ਸਰਕਾਰਾਂ ਦੇ ਨਾਲ ਕੰਮ ਕੀਤਾ, ਬੇਅੰਤ ਸਿੰਘ, ਕੈਪਟਨ ਅਮਰਿੰਦਰ ਸਿੰਘ, ਕੈਪਟਨ ਅਮਰਿੰਦਰ ਨੇ ਤਾਂ ਪਾਣੀਆਂ ਦੇ ਰਾਖੇ ਬਣ ਗਏ ਕਿ ਅਸੀਂ ਸਾਰੇ ਸਮਝੌਤੇ ਪਾਣੀਆਂ ਦੇ ਤੋੜ 'ਤੇ, ਹੁਣ ਸਾਡਾ ਪਾਣੀ ਕਿਤੇ ਜਾਣਾ ਹੀ ਨਹੀਂ। ਪ੍ਰਕਾਸ਼ ਸਿੰਘ ਬਾਦਲ ਲੰਮਾ ਸਮਾਂ ਰਹੇ, ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਕਹਿੰਦੇ ਜੀ ਇਹਨਾਂ ਨੇ ਪਾਣੀ ਬਚਾਇਆ, ਇਹਨਾਂ ਨੇ ਤਾਂ ਨਹਿਰ ਹੀ ਖਤਮ ਕਰਤੀ, ਪਾਣੀ ਸਾਡਾ ਕਿਤੇ ਜਾਣਾ ਨਹੀਂ। ਪਰ ਮੂਲ ਸਮੱਸਿਆ ਅੱਜ ਵੀ ਉੱਥੇ ਖੜੀ ਹੈ, ਜੋ ਕੁਝ ਹੁਣ ਹਰਿਆਣੇ 'ਚ ਹੋ ਰਿਹਾ, ਨਵਾਂ ਫੈਕਟਰ ਕੇਜਰੀਵਾਲ ਸਾਹਿਬ ਦਾ ਵੀ ਆ ਗਿਆ। ਕੀ ਤੁਹਾਨੂੰ ਲੱਗਦਾ ਕਿ ਕੇਜਰੀਵਾਲ ਦੇ ਸਹਾਰੇ ਘੱਟੋ ਘੱਟ ਗੱਲ ਪਾਰਲੀਮੈਂਟ 'ਚ ਪਹੁੰਚੂ? ਨਹੀਂ, ਪਾਰਲੀਮੈਂਟ 'ਚ ਨਹੀਂ ਪਹੁੰਚਦੀ, ਕਿਉਂਕਿ ਬੀਜੇਪੀ ਜਿਹੜੀ ਹੈ ਉਹ ਸਾਰਿਆਂ ਦੇ ਸਾਹਮਣੇ ਆ। ਸੁਪਰੀਮ ਕੋਰਟ ਵਿੱਚ ਵੀ ਜੋ ਉਹਨੇ ਪੱਖ ਲਿਆ, ਜੋ ਸ਼ਰਿਆਮ ਲੈਂਦੀ ਹੈ, ਬੀਜੇਪੀ ਮਜ਼ਬੂਤ ਹੈ ਪਾਰਲੀਮੈਂਟ ਦੇ ਵਿੱਚ, ਕਰ ਸਕਦੀ ਹੈ, ਪਰ ਉਹ ਕਰੇਗੀ ਨਹੀਂ, ਕਿਉਂਕਿ ਉਹ ਤਾਂ ਹਰਿਆਣੇ ਦੇ ਨਾਲ ਖੜੀ ਹੈ। ਉਹਨਾਂ ਨੇ ਅੱਜ ਤੱਕ ਇੰਨਾ ਨਹੀਂ ਕੀਤਾ, 5 ਸਾਲ ਸਰਕਾਰ ਦੇ ਲੰਘਣ ਵਾਲੇ ਆ, ਕਿ ਤੁਸੀਂ ਇਸ ਮਸਲੇ ਦੇ ਉੱਤੇ ਪਾਣੀ ਮੈਜਰ ਕਰ ਲਓ, ਕਿ ਪੰਜਾਬ ਕੋਲ ਪਾਣੀ ਹੈ, ਫਿਰ ਹੀ ਦੇ ਸਕਦਾ। ਜਦ ਪਾਣੀ ਪੰਜਾਬ ਕੋਲ ਹੈ ਨਹੀਂ ਤਾਂ ਪਾਣੀ ਕਿੱਥੋਂ ਮਿਲੇਗਾ? ਅਤੇ ਇਸ ਕਰਕੇ ਜਿਹੜੇ ਕਾਨੂੰਨੀ ਪਹਿਲੂ ਨੇ ਉਹ ਗਿੱਲ ਸਾਹਿਬ ਨੇ ਸਾਰੇ ਦੱਸੇ ਆ, ਪਰ ਮੈਂ ਉਹ ਸੁਪਰੀਮ ਕੋਰਟ ਨੇ ਵੀ ਦੇਖੇ ਆ। ਹੁਣ ਸੁਪਰੀਮ ਕੋਰਟ ਦੇ ਵੀ ਜਦੋਂ ਮਾਮਲਾ ਹੈ, ਉਹ ਸਾਰੇ ਕਾਨੂੰਨੀ ਪਹਿਲੂ ਦੇਖ ਕੇ ਹੀ ਚੱਲ ਰਹੀ ਹੈ ਨਾ। ਉੱਧਰੋਂ ਜਿਹੜੀ ਤੁਸੀਂ ਪਾਰਲੀਮੈਂਟ ਦੀ ਗੱਲ ਕਰਦੇ ਹੋ, ਪਾਰਲੀਮੈਂਟ ਦੇ ਵਿੱਚ ਤਾਂ ਬੀਜੇਪੀ ਦੇ ਮੈਂਬਰ ਨੇ ਨਾ ਜ਼ਿਆਦਾ, ਪੰਜਾਬ ਦੇ ਅਕਾਲੀਆਂ ਦੇ ਤਾਂ ਜਿਹੜੇ ਨੇ 4 ਮੈਂਬਰ ਆ ਉੱਥੇ ਜੀ। ਅਤੇ ਇਸ ਕਰਕੇ ਪਹਿਲਾਂ ਹੀ ਜਿਹੜਾ ਹੈਗਾ ਤੁਹਾਡੇ ਸਾਹਮਣੇ ਆ ਕਿ 5 ਸਾਲ ਮੋਦੀ ਸਾਹਿਬ ਨੇ ਤਾਂ ਪੰਜਾਬ ਦੇ ਬਾਰੇ
ਇਹਦਾ ਪਾਣੀ ਦਾ ਬੜਾ ਕੰਪਲੈਕਸ ਹਰਿਆਣੇ ਦੇ ਨਾਲ ਉਲਝਿਆ ਮੁੱਦਾ, ਕਿਸੇ ਹੋਰ ਇਸ਼ੂ ਦੇ ਵੀ ਪੰਜਾਬ ਨੂੰ ਕੁਛ ਨਹੀਂ ਦਿੱਤਾ, ਤੇ ਸਿਰਫ ਹੁਣ ਪਿੱਛੇ ਮੋਦੀ ਆ ਕੇ ਗਏ ਨੇ ਕਿਸਾਨ ਰੈਲੀ ਤੇ, ਜਦੋਂ ਆਪਣਾ MSP ਦੀ ਗੱਲ ਆਈ MSP ਆਈ ਹੈ, ਜਾਂ ਉਦੋਂ ਪਹਿਲਾਂ ਜਦੋਂ 4-5-10 ਕੁ ਹਾਰਾਂ ਹੋ ਗਈਆਂ ਤਾਂ ਅਮਿਤ ਸ਼ਾਹ ਆ ਕੇ ਗਏ ਨੇ। ਅਮਿਤ ਸ਼ਾਹ ਦੇ ਦੋ ਇਹ ਇੱਕ ਚੱਕਰ ਪੰਜਾਬ ਦੇ ਵਿੱਚ 5 ਸਾਲ ਦੇ ਲੱਗਿਆ, ਨਾ ਪੰਜਾਬ ਨੂੰ ਕੋਈ ਇੰਡਸਟਰੀ, ਨਾ ਪੰਜਾਬ ਨੂੰ ਕੋਈ ਪ੍ਰੋਜੈਕਟ, ਨਾ ਪੰਜਾਬ ਦਾ ਕੋਈ ਐਜੂਕੇਸ਼ਨ ਦੇ ਸਿਸਟਮ ਦਾ, ਨਾ ਕੋਈ ਹੈਲਥ ਦੇ ਸਿਸਟਮ ਦਾ, ਨਾ ਪੰਜਾਬ ਦੇ ਕਿਸਾਨ ਦਾ ਕੋਈ ਵੀ ਕਰਜ਼ਾ। ਅੱਜ ਤੁਸੀਂ ਦੇਖ ਲਓ, ਉਹ ਕਹਿੰਦੇ ਜੀ ਅਸੀਂ ਤਾਂ ਬਾਦਲ ਸਾਹਿਬ ਵੀ ਕਹੀ ਜਾਂਦੇ ਆ, ਅਸੀਂ ਤਾਂ ਜੀ ਉਹ MSP ਜਿਹੜਾ ਹੈਗਾ ਸਵਾਮੀਨਾਥਨ ਕਮਿਸ਼ਨ ਦੇ ਮੁਤਾਬਕ ਦੇ ਦਿੱਤਾ, ਅਤੇ ਪੰਜਾਬ ਦਾ ਕਿਸਾਨ ਅੱਜ ਮਰ ਰਿਹਾ। ਉਧਰੋਂ ਕਾਂਗਰਸ ਨੇ ਵਾਅਦਾ ਕਰ ਲਿਆ ਜੀ ਅਸੀਂ ਤਾਂ ਸਾਰਾ ਹੀ ਕਰਜ਼ਾ ਮਾਫ ਕਰ ਦਾਂਗੇ, ਅਤੇ ਉਹਨੇ ਉਹ ਬੋਲ ਗਏ। ਕੇਜਰੀਵਾਲ ਨੇ ਬਿਆਨ ਦਿੱਤਾ, ਹੁਣ ਜਿਹੜਾ ਮੁੱਦਾ ਇਹ ਉੱਠਿਆ ਹੈਗਾ, ਇਹ ਸਿਰਫ ਇਸ ਕਰਕੇ ਉੱਠਿਆ ਕਿ ਇਹ ਸੁਪਰੀਮ ਕੋਰਟ ਦੇ ਵਿੱਚ ਸਾਰਾ ਕੁਛ ਹੋ ਚੁੱਕਿਆ। ਸੁਪਰੀਮ ਕੋਰਟ ਨੇ ਅੰਤਿਮ ਤੌਰ ਦੇ ਉੱਤੇ ਸਰਕਾਰ ਨੂੰ, ਕੇਂਦਰ ਸਰਕਾਰ ਨੂੰ ਇਹ ਐਡਵਾਈਜ਼ਰੀ ਦੇ ਦਿੱਤੀ ਕਿ ਤੁਸੀਂ ਨਹਿਰ ਬਣੂਗੀ, ਸੁਪਰੀਮ ਕੋਰਟ ਦੇ ਕਹਿੰਦੇ ਨਹਿਰ ਬਣੂਗੀ। ਪਹਿਲਾਂ ਫੈਸਲਾ ਹੋਇਆ ਹੋਇਆ ਜੀ, ਫੈਸਲਾ ਸੁਪਰੀਮ ਕੋਰਟ ਨੇ ਜਿਹੜਾ ਦਿੱਤਾ ਹੋਇਆ ਉਹ ਤਾਂ ਦਿੱਤਾ ਹੋਇਆ ਹਰਿਆਣੇ ਦੇ ਹੱਕ ਦੇ ਵਿੱਚ। ਦੂਸਰੀ ਗੱਲ ਇਹ ਹੈ ਕਿ ਸੁਪਰੀਮ ਕੋਰਟ ਨੇ ਇੱਕ ਮੌਕਾ ਹੋਰ ਦੇ ਦਿੱਤਾ ਵੀ ਜੇ ਤੁਹਾਨੂੰ ਪਾਣੀ ਦੀ ਘੱਟ ਵੱਧ ਦੀ ਜੋ ਵੀ ਗੱਲ ਹੈਗੀ ਆ ਉਹ ਤੁਸੀਂ ਬੈਠ ਕੇ ਵਿਚਾਰ ਲਓ, ਵਿਚਾਰ ਕੇ ਤੁਸੀਂ ਫੈਸਲਾ ਕਰਕੇ ਮੈਨੂੰ ਦੇ। ਵਿਚਾਰੂ ਕੌਣ ਬਹਿ ਕੇ? ਬਹਿ ਕੇ ਵਿਚਾਰੂ ਵੀ ਕੇਂਦਰ ਸਰਕਾਰ ਦੇ ਇਨੀਸ਼ੀਏਟਿਵ ਤੇ, ਜੋ ਬਾਦਲ ਸਾਹਿਬ ਦੀ NDA ਦੀ ਸਰਕਾਰ ਹੈ, NDA ਦੀ ਸਰਕਾਰ ਦੇ ਅਗੇਂਸਟ ਤਾਂ ਕਦੇ ਵੀ ਇਹਨਾਂ ਨੇ ਸਵਾਲ ਉਠਾਇਆ ਨਹੀਂ। ਇਹ ਤਾਂ ਹੁਣ ਇਲੈਕਸ਼ਨ ਮੁੱਦਾ ਬਣਾਉਣਾ ਸਾਰੇ ਚਾਹੁੰਦੇ ਨੇ ਜੀ। ਜਦੋਂ ਵੀ ਬੰਦ, ਮੈਂ ਇੱਕ ਪੁਆਇੰਟ ਦੱਸ ਦਵਾਂ ਕਿ ਤੁਹਾਨੂੰ ਯਾਦ ਹੋਊਗਾ, ਜਦੋਂ ਵੀ ਕਾਂਗਰਸ ਦੀ ਜਾਂ ਅਕਾਲੀ ਦਲ ਦੀ, BJP ਦੀ ਸਰਕਾਰ ਆਉਂਦੀ ਆ, 5 ਸਾਲ ਇਸ ਮੁੱਦੇ ਤੇ ਸੋਚਿਆ ਹੀ ਨਹੀਂ ਜਾਂਦਾ। ਐਂਡ ਦੇ ਵਿੱਚ ਆ ਕੇ ਜਦੋਂ ਇਲੈਕਸ਼ਨ ਆਉਂਦੀ ਹੈ ਇਸ ਨੂੰ ਮੁੱਦਾ ਬਣਾ ਲਿਆ ਜਾਂਦਾ। ਇੱਕ ਹੋਰ ਹੈ ਕਿ BJP ਜਿਹੜੀ ਆ, ਪੰਜਾਬ ਦੀ BJP ਕਹਿੰਦੀ ਅਸੀਂ ਪੰਜਾਬ ਦੇ ਉਹਦੇ ਨਾਲ ਖੜੇ ਹਾਂ। ਦੇਖੋ ਕੀ ਰੈਸ਼ਨਲ ਹੈ, ਜੇ ਪੰਜਾਬ ਦੀ BJP ਪੰਜਾਬ ਦੇ ਨਾਲ ਖੜੀ ਆ ਤੇ ਅਕਾਲੀ ਦਲ ਦੇ ਵੀ ਉਹਦੇ ਵਿੱਚ ਉੱਥੇ ਮਿਨਿਸਟਰ ਨੇ, ਅਕਾਲੀ ਦਲ ਵੀ NDA ਦੇ ਵਿੱਚ ਸ਼ਾਮਲ ਹੈ, ਤੇ ਫਿਰ ਇਹ ਦੋਵੇਂ ਜਾ ਕੇ ਆਪਣੀ ਸਰਕਾਰ ਨੂੰ ਕਿਉਂ ਨਹੀਂ ਕਨਵਿੰਸ ਕਰ ਸਕਦੇ ਜੀ? ਅੱਜ ਤਾਂ ਰਾਜ ਮੋਦੀ ਜੀ ਦਾ, ਅੱਜ ਕਾਂਗਰਸ ਨੂੰ ਅਸੀਂ ਕਹਿੰਦੇ ਹਾਂ ਕਿ ਕਾਂਗਰਸ ਦੀ ਗਲਤੀ ਇਹ ਸੀ ਕਿ ਜਦੋਂ ਅਮਰਿੰਦਰ ਸਿੰਘ ਨੇ ਇਹ ਸਾਰੇ ਸਮਝੌਤੇ ਰੱਦ ਕਰਤੇ ਤਾਂ ਉਹ ਆਪਣੀ ਸਰਕਾਰ ਜੋ ਮਨਮੋਹਨ ਸਿੰਘ ਦੀ ਸੀ ਉਸ ਨੂੰ ਇਹ ਕਨਵਿੰਸ ਨਹੀਂ ਕਰ ਸਕਿਆ ਵੀ ਇਸ ਨੂੰ ਜਿਹੜਾ ਹੈਗਾ ਰੈਫਰੈਂਸ ਸੁਪਰੀਮ ਕੋਰਟ 'ਚ ਨਾ ਭੇਜੀ ਜਾਵੇ, ਉਦੋਂ ਹੀ ਹੱਲ ਹੋ ਗਿਆ ਸੀ ਇਹਦਾ। ਉਸ ਤੋਂ ਬਾਅਦ ਹੁਣ ਜਿਹੜਾ ਹੈਗਾ ਇਹ ਜਾਂ ਉਹਦੇ ਪਿੱਛੇ ਵੀ ਸਿਆਸਤ ਸੀ, ਬੀਜੇਪੀ ਕਰ ਸਕਦੀ ਇਹਨੂੰ ਨਪਟਾਉਣ ਦੀ ਗੱਲ ਨਹੀਂ ਹੈ, ਇਹ ਤੇ ਰਾਜਨੀਤੀ ਹੈ ਕਿ ਕਿਸੇ ਨੇ ਕੀ ਕਹਿਤਾ, ਕਿਸੇ ਨੇ ਕੀ ਕਹਿਤਾ, ਗੱਲ ਤਾਂ ਸੋਲਿਡ ਹੈ। ਚਲੋ ਮੈਂ ਗੱਲ ਗਿੱਲ ਸਾਹਿਬ ਦੀ ਵੀ ਸੁਣ ਲਾ ਜੀ। ਗਿੱਲ ਸਾਹਿਬ, ਮੈਂ ਇੱਕ ਗੱਲ ਜਿਹੜੀ ਤੁਸੀਂ ਗੱਲ ਕਹੀ ਸੀ ਨਾ ਥੋੜੇ ਪਹਿਲਾਂ ਕਿ ਕੈਪਟਨ ਅਮਰਿੰਦਰ ਸਿੰਘ ਆਪਦੇ ਆਪ ਨੂੰ ਪੰਜਾਬ ਦੇ ਪਾਣੀਆਂ ਦਾ ਰਾਖਾ ਕਵਾਉਂਦਾ, ਮੈਨੂੰ ਅੱਜ ਤੁਹਾਡਾ ਪਲੇਟਫਾਰਮ ਦੇ ਰਾਹੀਂ ਮੈਂ ਸਮੂਹ ਪੰਜਾਬੀਆਂ ਨੂੰ ਤੇ ਸਮੂਹ ਦੇਸ਼ ਵਾਸੀਆਂ ਨੂੰ ਅੱਜ ਗੱਲ ਇਹ ਸਾਫ਼ ਕਰ ਦਵਾਂ ਕਿ ਕਿੱਦਾਂ ਨੁਕਸਾਨ ਕਰਕੇ ਗਿਆ ਉਹ ਕੈਪਟਨ ਅਮਰਿੰਦਰ ਸਿੰਘ ਸਾਡਾ। ਅਸੀਂ ਕਹਿ ਰਹੇ ਹਾਂ ਕਿ 17 ਮਿਲੀਅਨ ਏਕੜ ਫੁੱਟ ਦੇ ਵਿੱਚੋਂ ਜਿਹੜਾ 13 ਮਿਲੀਅਨ ਏਕੜ ਫੁੱਟ ਪਾਣੀ ਬਾਹਰਲੇ ਗੈਰ ਰਿਪੇਰੀਅਨ ਸੂਬਿਆਂ ਨੂੰ ਦੇਤਾ, ਉਹ ਗਲਤ ਹੈ ਜੀ, ਉਹ ਸਾਡਾ ਸਾਨੂੰ ਵਾਪਸ ਮਿਲਣਾ ਚਾਹੀਦਾ। ਅਸੀਂ ਸਾਡੀ ਸਟੇਟ ਦੀ ਡਿਮਾਂਡ ਇਹ ਹੈ ਜਾਂ ਸਾਨੂੰ ਰਾਇਲਟੀ ਮਿਲੇ, ਜਾਂ ਰਾਇਲਟੀ ਮਿਲੇ, ਸਾਡੀ ਇਹ ਗੱਲ। ਪਰ ਕੈਪਟਨ ਸਾਹਿਬ ਕੀ ਕਹਿ ਕੇ ਗਏ ਨੇ, ਟਰਮੀਨੇਸ਼ਨ ਆਫ ਵਾਟਰ ਐਗਰੀਮੈਂਟਸ ਐਕਟ ਦੀ ਜਿਹੜਾ ਸੈਕਸ਼ਨ 5 ਹੈ ਉਹਦੇ ਰਾਹੀਂ ਕੀ ਕਹਿ ਗਏ, ਉਹ 13 ਮਿਲੀਅਨ ਏਕੜ ਫੁੱਟ ਜਿਹੜਾ ਪਾਣੀ ਲਿਆਇਆ ਜਾ ਰਿਹਾ ਉਹਦੇ ਉੱਤੇ ਮੋਹਰ ਲਾ ਗਏ ਕਿ ਅੱਜ ਤੱਕ ਜੋ ਪਾਣੀ ਜਾ ਰਿਹਾ, ਜਦੋਂ ਅਸੀਂ ਐਗਰੀਮੈਂਟ ਖਤਮ ਕਰ ਰਹੇ ਹਾਂ, ਜੋ ਪਾਣੀ ਅੱਜ ਤੱਕ ਜਾ ਰਿਹਾ ਉਹ ਜਾਂਦਾ ਰਹੇਗਾ, ਉਹ ਜਾਂਦਾ ਰਹੂ ਤੇ 54 ਕਿ ਅਸੀਂ ਲੈ ਕੇ ਗੁਜ਼ਾਰਾ ਕਰੀ ਚੱਲਾਂਗੇ। ਇਹ ਨੁਕਸਾਨ ਕਰਕੇ ਗਿਆ ਪੰਜਾਬ ਦਾ, ਇਹ ਬੰਦਾ ਰਾਖਾ
ਨੁਕਸਾਨ ਕਰ ਗਿਆ ਪੰਜਾਬ ਦਾ। ਸਾਨੂੰ ਬਾਰ ਬਾਰ ਇਹ ਗੱਲ ਸਾਡੇ ਸਾਹਮਣੇ ਆਉਣੀ ਹੈ ਕਿ ਤੁਸੀਂ ਤਾਂ ਟਰਮੀਨੇਸ਼ਨ ਕਰਕੇ ਇਹ ਸਾਡੀ ਐਡਮਿਟ ਕੀਤਾ ਕਿ 13 ਮਿਲੀਅਨ ਏਕੜ ਫੁੱਟ 8 ਉਹਨਾਂ ਨੂੰ ਹਰਿਆਣੇ ਰਾਜਸਥਾਨ ਨੂੰ ਜਾ ਰਿਹਾ ਜਾਇਜ਼, 3.5 ਇਹਨਾਂ ਨੂੰ ਜਾਇਜ਼, 8.5 ਉਹਨਾਂ ਨੂੰ, 3.5 ਉਹਨਾਂ ਨੂੰ, 12.1 ਸਮਥਿੰਗ ਦਿੱਲੀ ਨੂੰ ਵੀ ਜਾ ਰਿਹਾ। ਇਹ ਸਾਰੇ ਪਾਣੀ ਜਾਇਜ਼ ਨੇ, ਤੁਸੀਂ ਆਪ ਕਰਕੇ ਗਏ ਹੋ, ਰਾਖਾ ਇਹ ਕੰਮ ਕਰਕੇ ਗਿਆ। ਇਸ ਲਈ ਮੈਂ ਇਹ ਗੱਲ ਸਾਫ਼ ਕਰ ਦਵਾਂ ਕਿ ਰਾਖਾ ਸਾਡਾ ਸੱਤਿਆ ਨਹੀਂ, ਪਰ ਰਾਖੇ ਤੋਂ ਬਾਅਦ ਬਾਦਲ ਸਾਹਿਬ ਵੀ 10 ਸਾਲ ਰਹੇ ਨੇ ਨਾ, ਰਾਖੇ ਦੇ ਫੈਸਲੇ ਤੇ ਬਾਦਲ ਸਾਹਿਬ ਨੇ ਕਦੀ ਕੋਈ ਐਕਸ਼ਨ ਕਿਉਂ ਨਹੀਂ ਕੀਤਾ? ਉਹ ਬਾਦਲ ਸਾਹਿਬ ਨੇ ਜਦੋਂ ਐਕਟ ਪਾਸ ਕੀਤਾ ਨਾਲ ਦੀ ਨਾਲ ਡਿਮਾਂਡ ਕੀਤੀ ਆ ਕਿ ਸੈਕਸ਼ਨ 5 ਟਰਮੀਨੇਟ ਕਰੋ। ਸੈਕਸ਼ਨ 5 ਮੈਨੂੰ ਯਾਦ ਹੈ, ਜਥੇਦਾਰ ਤੋਤਾ ਸਿੰਘ ਨੇ ਵਿਧਾਨ ਸਭਾ 'ਚ ਵੀ ਇਹ ਗੱਲ ਚੱਕੀ ਸੀ। ਸੈਕਸ਼ਨ ਮਹਿਰਾ ਸਾਹਿਬ, ਸੁਖਪਾਲ ਖਹਿਰਾ ਅੱਜ ਕੱਲ੍ਹ ਪੋਲੀਟੀਕਲੀ ਤੌਰ 'ਤੇ ਫਾਰਮ 'ਚ ਹੈ, ਜਿਵੇਂ ਵਿਰਾਟ ਕੋਹਲੀ ਫਾਰਮ 'ਚ ਹੁੰਦਾ, ਸੈਂਕੜੇ ਮਾਰਦਾ। ਸੁਖਪਾਲ ਖਹਿਰਾ ਤੋਂ ਆਸ ਹੈ ਕਿ ਘੱਟੋ ਘੱਟ ਇਹ ਪੰਜਾਬ 'ਚ ਇਸ ਮੁੱਦੇ ਨੂੰ ਜਾਂ ਪੋਲੀਟੀਕਲ ਪਾਰਟੀਆਂ ਨੂੰ ਦੁਬਾਰਾ ਜਗਾ ਸਕਣਗੇ ਇਸ ਮੁੱਦੇ 'ਤੇ। ਗਵਰਨਰ ਨੂੰ ਵੀ ਮੰਗ ਪੱਤਰ ਦੇ ਕੇ ਆਏ ਨੇ, ਹਾਲਾਂਕਿ ਬਰਗਾੜੀ ਕਾਂਡ ਦਾ ਮਾਮਲਾ ਵੀ ਸੀ, ਸਾਰੇ ਮਾਮਲਿਆਂ 'ਤੇ ਉਹ ਮੰਗ ਪੱਤਰ ਦੇ ਕੇ ਆਏ ਨੇ। ਹੁਣ ਕਿਉਂਕਿ ਇੱਕ ਨਵੀਂ ਧਿਰ ਬਣ ਕੇ ਸੁਖਪਾਲ ਖਹਿਰਾ ਉੱਭਰ ਰਹੇ ਨੇ, ਹਾਲਾਂਕਿ ਆਗੂ ਤਾਂ ਆਮ ਆਦਮੀ ਪਾਰਟੀ ਦੇ ਹੀ ਇਕੱਠੇ ਆ, ਪਰ ਕੀ ਸੁਖਪਾਲ ਖਹਿਰਾ ਦੇ ਬਹਾਨੇ ਕਿਤੇ ਨਾ ਕਿਤੇ ਸ਼ਰਮ ਮਹਿਸੂਸ ਹੋਊਗੀ ਪੋਲੀਟੀਕਲ ਪਾਰਟੀਆਂ ਨੂੰ ਵੀ ਅਸੀਂ ਇਸ ਪਾਸੇ ਕੁਛ ਕਰੀਏ, ਪ੍ਰਧਾਨ ਮੰਤਰੀ ਸਾਹਿਬ ਕੋਲ ਅਸੀਂ ਵੀ ਇਕੱਠੇ ਹੋ ਕੇ ਚੱਲ ਪਈਏ? ਦੇਖੋ, ਇਹ ਬਿਲਕੁਲ ਚਾਹੀਦਾ, ਕਿਉਂ ਅਗਰ ਪੰਜਾਬ ਦੇ ਮੁੱਦੇ ਤੁਸੀਂ ਉਠਾ ਰਹੇ ਹੋ, ਪੰਜਾਬ ਦਾ ਨੁਕਸਾਨ ਹੋ ਰਿਹਾ, ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਵੀ ਕਿਆਸ ਲਗਾਏ ਜਾ ਰਿਹਾ, ਜੇ ਇਹੀ ਹਾਲ ਰਿਹਾ ਪਾਣੀ ਦਾ ਸਤਰ ਦਾ, ਤਾਂ ਪੰਜਾਬ ਦੇ ਵਿੱਚ ਪਾਣੀ ਦੀ ਜਿਹੜੀ ਇੰਨੀ ਘਾਟ ਹੋ ਜਾਣੀ ਜਿੱਦਾਂ ਪਹਿਲਾਂ ਰਾਜਸਥਾਨ ਸੀ, ਕਿਤੇ ਪੰਜਾਬ ਰਾਜਸਥਾਨ ਨਾਲ ਬਣ ਜਾਵੇ। ਉਹ ਤਾਂ ਇਸ ਵਾਰ ਦੇਖੋ, ਇਸ ਵਾਰ ਸਾਡਾ ਭਾਖੜਾ ਡੈਮ, ਰਣਜੀਤ ਸਾਗਰ ਡੈਮ ਵਿੱਚ ਪਾਣੀ ਘੱਟ ਨੇ, ਸਾਰੇ ਦਰਿਆ ਇਸ ਵੇਲੇ ਤੁਹਾਡੇ ਸਾਰੇ ਅੱਖਾਂ ਦੇ ਸਾਹਮਣੇ ਆ ਵੀ ਕਿੰਨਾ ਉਹਨਾਂ ਦਾ ਲੈਵਲ ਆ ਔਰ ਕੀ ਹੋ ਰਿਹਾ ਇਸ ਵੇਲੇ। ਹੜ੍ਹ ਆਉਣ ਤੋਂ ਬਾਅਦ ਵੀ ਲੋਕਾਂ ਦੇ ਜਿੱਥੇ ਦਿੱਲੀ 'ਚ, ਹੋਰ ਲੋਕਾਂ ਦੇ ਜਿੰਨੇ ਸਟੇਟਾਂ 'ਚ ਹੜ੍ਹ ਆ ਗਿਆ, ਇੱਥੇ ਪੰਜਾਬ ਦੇ ਵਿੱਚ ਬਰਸਾਤਾਂ ਬਿਲਕੁਲ, ਦਿੱਲੀ ਜਮਨਾ 'ਚ ਹੜ੍ਹ ਆ ਗਿਆ, ਪੰਜਾਬ 'ਚ ਹੜ੍ਹ ਨਹੀਂ ਆ, ਪੰਜਾਬ ਦੇ ਵਿੱਚ ਬਿਲਕੁਲ ਸੋਕਾ ਪਿਆ। ਅਤੇ ਕਿਸ ਤਰ੍ਹਾਂ ਪਾਣੀ ਜਿਹੜਾ ਜਾ ਸਕਦਾ, ਪਹਿਲਾਂ ਗੱਲ ਤਾਂ ਇਹ ਦੇਖਣੀ ਪਊਗੀ ਉਸ ਟਾਈਮ ਦੇ ਸਮਝੌਤੇ, ਜਿੱਦਾਂ ਜਿਹੜੇ ਐਕਟ ਬਣੇ 77-79 ਜਿਹੜੇ ਹੈਗੇ, ਉਹਦੇ ਤਾਂ ਹੁਣ ਦਾ ਪਹਿਲਾਂ ਜਿਹੜਾ ਪ੍ਰੈਜੈਂਟ ਸਿਚੁਏਸ਼ਨ ਆ ਉਹਨੂੰ ਕਿਸੇ ਨੇ ਗੈਸ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਜਿਹੜਾ ਖਹਿਰਾ ਸਾਹਿਬ ਦੀ ਗੱਲ ਕੀਤੀ ਹੈ, ਖਹਿਰਾ ਸਾਹਿਬ ਨੇ ਜਿਹੜਾ ਮੁੱਦਾ ਉਠਾਇਆ, ਪਹਿਲਾਂ ਵੀ ਪਾਣੀ ਦਾ ਮੁੱਦਾ 2 ਮਹੀਨੇ ਪਹਿਲਾਂ ਵੀ ਉੱਠਿਆ ਸੀ, ਔਰ ਗੰਦੇ ਪਾਣੀ ਦਾ ਮੁੱਦਾ ਵੀ ਉੱਠਿਆ ਸੀ, ਔਰ ਜਿਹੜਾ ਪਾਣੀ ਅਸਲ ਅਸੀਂ ਪੀ ਰਹੇ ਉਹਦਾ ਵੀ ਮੁੱਦਾ ਉਠਾਇਆ ਸੀ। ਲੇਕਿਨ ਅੱਜ ਜਿਹੜਾ ਮੇਨ ਗੱਲ ਹੈ ਇਸ ਵੇਲੇ ਹੱਲ ਦੀ, ਅਗਰ ਸੁਪਰੀਮ ਕੋਰਟ ਨੇ ਜਿਹੜਾ ਫੈਸਲਾ ਦਿੱਤਾ ਹਰਿਆਣਾ ਦੇ ਪੱਖ 'ਚ, ਉਹਦੇ ਵਿੱਚ ਮੈਂ ਇਹ ਵੀ ਗੱਲ ਕਹਿਣਾ ਚਾਹੂੰਗਾ, ਉਹਦੇ ਵਿੱਚ ਸਾਡੀਆਂ ਸਰਕਾਰਾਂ ਦੀ ਵੀ ਨਲਾਇਕੀ ਸੀ, ਕਿਉਂਕਿ ਕਿਹਾ ਇਸ ਵਾਰੀ ਸੁਖਪਾਲ ਖਹਿਰਾ ਲੀਡਰਾਂ ਨੂੰ ਜਗਾ ਸਕਣਗੇ, ਸੁੱਤੀ ਜ਼ਮੀਰ ਬਾਕੀ ਲੀਡਰਾਂ ਦੀ ਜਾਗੂ। ਬਿਲਕੁਲ, ਅਗਰ ਇੱਕ ਕੋਈ ਵੀ ਵਿਧਾਇਕ ਜਾਂ ਚਾਹੇ ਉਹ LOP ਦੇ ਸੀਗੇ ਚਾਹੇ ਕੋਈ ਵੀ ਜਿਹੜਾ ਲੋਕਾਂ ਦਾ ਨੇਤਾ ਚੁਣਿਆ ਗਿਆ, ਉਹ ਅਗਰ ਜਾ ਕੇ ਇਹ ਆਪਣੇ ਪੰਜਾਬ ਵਾਸਤੇ ਗੱਲ ਕਰਦਾ, ਤਾਂ ਵਾਕਈ ਸਾਰੇ ਲੋਕਾਂ ਨੂੰ ਇੱਕ ਜਾਗਰੂਕਤਾ ਆਉਂਦੀ ਹੈ ਵੀ ਜੇ ਇੱਕ ਬੰਦਾ ਲੜ ਸਕਦਾ ਤਾਂ ਅਸੀਂ ਪੰਜਾਬ ਵਾਸਤੇ ਲੜ ਰਿਹਾ, ਤਾਂ ਅਸੀਂ ਵੀ ਪੰਜਾਬੀ ਉਹਦੇ ਨਾਲ ਖੜੇ ਹੋਈਏ। ਔਰ ਅੱਗੇ ਵਾਸਤੇ ਇਹ ਸਿਆਸਤ ਹੈ, ਸਿਆਸਤ ਕਿਉਂਕਿ 2019 ਦੇ ਇਲੈਕਸ਼ਨ ਆ, ਹਮੇਸ਼ਾ ਇਸ ਵਾਈ ਦਾ ਮੁੱਦਾ ਜਿਹੜਾ ਤੁਸੀਂ ਦੇਖਿਆ ਹੋਣਾ ਚੁਣਾਵਾਂ ਦੇ ਅੰਗੇ ਆਉਂਦਾ, ਚੁਣਾਵਾਂ ਦੇ ਪਹਿਲੇ। ਗਿੱਲ ਸਾਹਿਬ ਨਿਕਟ ਭਵਿੱਖ 'ਚ ਇਹ ਮਸਲਾ ਨਿਬੜਦਾ ਨਜ਼ਰ ਆਉਂਦਾ, ਜੇ ਨਿਬੜਦਾ ਤਾਂ ਕਿਵੇਂ? 2 ਸ਼ਬਦ ਚਾਹੀਦੇ ਜਿਹੜਾ ਜੀ SYL ਵਾਲਾ ਇਸ਼ੂ। SYL ਦਾ ਮੁੱਦਾ ਜੀ, ਜਦੋਂ ਜਿੰਨਾ ਚਿਰ ਤੱਕ ਜਿਹੜੀ ਤੁਸੀਂ DF ਦੀ ਗੱਲ ਕਰਦੇ ਹੋ, ਮੈਂ ਥੋੜ੍ਹੀ ਇਸ ਗੱਲ ਤੋਂ ਜਿਹੜਾ ਜਵਾਬ ਦੇਣ ਤੋਂ ਪਹਿਲਾਂ ਥੋੜ੍ਹਾ ਜਿਹਾ ਮੈਂ ਤੁਹਾਡਾ ਪਲੇਟਫਾਰਮ ਇੰਨਾ ਕੀਮਤੀ ਹੈ, ਬਹੁਤ ਦੂਰ ਤੱਕ ਜਾਂਦਾ। ਮੈਂ ਇੱਕ ਪੰਜਾਬ ਨਾਲ ਹੋਈ ਹਨੇਰਗਰਦੀ ਦੀ ਇੱਕ ਹੋਰ ਉਦਾਹਰਣ ਦੇ ਦੇਵਾਂ ਤੁਹਾਨੂੰ, ਕਿਉਂਕਿ ਪਾਣੀਆਂ ਦਾ ਮਸਲਾ ਚੱਲਦਾ। ਦੇਖੋ, ਜਦੋਂ ਪੰਜਾਬ ਅਤੇ ਹਰਿਆਣਾ ਕਿਉਂਕਿ ਪੰਜਾਬ 'ਚੋਂ ਬਣਿਆ, ਜਦੋਂ ਵੰਡ ਕੀਤੀ ਆ ਪ੍ਰੋਪਰਟੀਆਂ ਦੀ 60-40 ਨਾਲ ਕੀਤੀ ਹੈ, ਜਦੋਂ 78-80 ਬਣੇ ਤਾਂ 60-40 ਦਾ ਆਰਡਰ ਲਾਗੂ ਕਰ ਦਿੱਤਾ ਗਿਆ ਕਿ ਜਿਹੜੇ ਪੰਜਾਬ ਦੇ 3 ਦਰਿਆ ਨੇ ਇਹ 60-40 ਦੇ ਹਿਸਾਬ ਨਾਲ ਪੰਜਾਬ 40 ਹਰਿਆਣੇ ਨੂੰ ਦਿੱਤੇ ਜਾਣ ਅਤੇ 60 ਪੰਜਾਬ ਨੂੰ ਦਿੱਤੇ ਜਾਣ।
ਤੇ ਜਦੋਂ ਉਹ ਕਾਮਨ ਪੰਜਾਬ ਸੀ ਨਾ ਜੀ, ਉਹਦੇ ਵਿੱਚ ਇੱਕ ਦਰਿਆ ਹੋਰ ਵੀ ਵਗਦਾ ਸੀ, ਉਹ ਸੀਗਾ ਜਮਨਾ ਜੀ। ਜਦੋਂ ਅਸੀਂ ਕਿਹਾ ਵੀ ਜਮਨਾ ਦਾ ਪਾਣੀ ਵੀ ਸਾਨੂੰ 60% ਦੇ ਦਿਓ, ਉਹਦਾ ਬੇਸਨ ਵੱਖਰਾ ਕਿੰਨਾ, ਨਾ 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 ਨਹੀਂ ਜੀ, ਉਹ ਤੁਹਾਡੇ ਤੁਸੀਂ ਉਹਦੇ ਰਿਪੇਰੀਅਨ ਨਹੀਂ ਹੈ, ਪੰਜਾਬ ਉਹਦਾ ਰਿਪੇਰੀਅਨ ਨਹੀਂ, ਤੇ ਜੇ ਤੁਸੀਂ ਜੇ ਪੰਜਾਬ ਉਹਦਾ ਰਿਪੇਰੀਅਨ ਨਹੀਂ ਤੇ ਹਰਿਆਣਾ ਇਹਨਾਂ ਤਿੰਨਾਂ ਦਾ ਰਿਪੇਰੀਅਨ ਕਿਸ ਤਰੀਕੇ ਨਾਲ ਆ, ਕਿਸ ਐਂਗਲ ਤੋਂ ਆ ਪੰਜਾਬ, ਇਹ ਵੀ ਬਹੁਤ ਵੱਡੀ ਨੇਰ ਕਰਦੀ ਹੋਈ ਆ। ਹੁਣ ਰਹੀ ਗੱਲ ਹੱਲ ਦੀ, ਹੱਲ ਮੁੱਦੇ ਦੇ ਦੋ ਆ। ਇੱਕ ਮੁੱਦੇ ਦਾ ਹੱਲ ਹੈਗਾ ਕਿ ਸੁਪਰੀਮ ਕੋਰਟ ਜਿਹੜੀ ਹੈਗੀ ਆ ਸੈਕਸ਼ਨ 78, 79, 80 ਸੁਣਵਾਈ ਦੁਬਾਰੇ ਕਰਕੇ ਉਹਨਾਂ ਨੂੰ ਸਕ੍ਰੈਪ ਕਰੇ ਅਤੇ ਉਹਨਾਂ ਨੂੰ ਜੀਰੋ ਕਰੇ ਤਾਂ ਕਿ ਲਾ ਇੱਥੇ ਲਾਗੂ ਹੋਵੇ, ਅਤੇ ਉਹਦੇ ਅਕੋਰਡਿੰਗ ਪੰਜਾਬ ਸੈਂਟਰ ਗੌਰਮੈਂਟ ਇੱਕ ਟ੍ਰਿਬਿਊਨਲ ਬਣਾਵੇ, ਉਹਦੇ ਨਾਲ ਪਾਣੀਆਂ ਦਾ ਗੱਲ ਦੇ ਇੰਟਰਨੈਸ਼ਨਲ ਲਾਅ ਦੇ ਮੁਤਾਬਕ, ਰਿਪੇਰੀਅਨ ਦੇ ਲਾਅ ਦੇ ਹਿਸਾਬ ਨਾਲ ਦੇਖੇ ਕਿ ਪਾਣੀ, ਜਿਹੜੀਆਂ ਗੱਲਾਂ ਤੁਸੀਂ ਸਰਦਾਰ ਦਰਸ਼ਨ ਸਿੰਘ ਜੀ ਕਰ ਰਹੇ ਕਿ ਪੰਜਾਬ ਦੇ ਵਿੱਚ ਪਾਣੀ ਹੈ ਕਿੰਨਾ, ਹੈ ਕਿੰਨੇ ਤੋਂ ਬਾਅਦ ਇਹਨਾਂ ਦੀ ਆਪਣੀ ਡਿਮਾਂਡ ਕਿੰਨੀ ਆ, ਰਿਪੇਰੀਅਨ ਲਾਅ ਇਜਾਜ਼ਤ ਦਿੰਦਾ ਕਿ ਨਹੀਂ ਦਿੰਦਾ, ਰਾਜਸਥਾਨ ਨੂੰ ਜਾਣ ਦੀ ਇਜਾਜ਼ਤ ਦਿੰਦਾ ਕਿ ਨਹੀਂ ਦਿੰਦਾ, ਹਰਿਆਣੇ ਨੂੰ ਜਾਣ ਦੀ ਇਜਾਜ਼ਤ ਦਿੰਦਾ ਕਿ ਨਹੀਂ, ਉਹ ਫਿਰ ਉਹ ਜਿਹੜਾ ਟ੍ਰਿਬਿਊਨਲ ਆ ਉਹ ਜੇਕਰ ਫੈਸਲਾ ਦੇ ਦੂਗਾ ਉਹ ਸਾਰਿਆਂ ਨੂੰ ਲਾਗੂ ਕਰ ਦੂਗਾ। ਅੱਜ ਜਾਂ ਜਿਹੜੇ ਅੱਜ ਜਿਹੜੇ ਫੈਸਲੇ ਨੇ ਸੁਪਰੀਮ ਕੋਰਟ ਵਾਲੇ, ਇਹ ਤਾਂ 78, 79, 80 ਦੇ ਬੇਸ 'ਤੇ ਨੇ, ਜਿਹੜਾ ਕਿ ਪੰਜਾਬ ਦੇ ਪੰਜਾਬ ਦੀਆਂ ਜੜ੍ਹਾਂ ਵੱਢ ਕੇ ਬਣੇ ਹੋਏ ਸੈਕਸ਼ਨ ਨੇ, ਜਿਹਨਾਂ ਨੂੰ ਕਿ ਪੰਜਾਬ ਵਾਲੇ ਵਾਰ ਵਾਰ ਬਿਲਕੁਲ ਇੰਦਰਾ ਗਾਂਧੀ ਨੇ ਦਿੱਲੀ ਬੈਠ ਕੇ ਨੋਟੀਫਿਕੇਸ਼ਨ ਦਾ ਪੰਜਾਬ ਦੇ ਪਾਣੀਆਂ ਦਾ ਫੈਸਲਾ ਕਰਤਾ ਸੀ। ਆਖਰੀ ਟਿੱਪਣੀ ਤੁਹਾਡੀ ਦਰਸ਼ਨ ਸਿੰਘ ਜੀ। ਦੇਖੋ ਹੁਣ ਇਹਦਾ ਹੱਲ ਜਿਹੜਾ ਹੈ, ਇਸ ਨੂੰ ਲਿਜਾਉਣ ਦੀ ਬਜਾਏ ਪਹਿਲੀ ਗੱਲ ਤਾਂ ਇਸ ਨੂੰ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਵਿਚਾਰਿਆ ਜਾ ਸਕਦਾ ਹੈ, ਇੱਕ ਇਹਦਾ ਸਪੈਸ਼ਲ ਇੱਕ ਦੋ ਦਿਨ ਦਾ ਸੈਸ਼ਨ ਬੁਲਾ ਕੇ, ਪੰਜਾਬ ਦੀਆਂ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਸਕਦੀਆਂ, ਸਾਰੀਆਂ ਪਾਰਟੀਆਂ ਕਿਉਂ ਨਹੀਂ ਇਕੱਠੀਆਂ, ਇਸ ਮੁੱਦੇ 'ਤੇ ਸਾਰੀਆਂ ਪਾਰਟੀਆਂ ਪੰਜਾਬ ਦੀਆਂ ਇਕੱਠੀਆਂ ਨੇ, ਹਰੇਕ ਪਾਰਟੀ ਜਿਹੜੀ ਆ ਕੋਈ ਵੀ ਪਾਰਟੀ ਇਹ ਨਹੀਂ ਚਾਹੁੰਦੀ, ਇਹ ਬਿਲਕੁਲ ਪਾਣੀ ਨਹੀਂ ਜਾਣ ਦਿਓ, ਜਿਸ ਤਰ੍ਹਾਂ ਬੀਜੇਪੀ ਕਹਿੰਦੀ ਹੈ, ਹੁਣ ਹਰਿਆਣੇ ਦੇ ਵਿੱਚ ਬੀਜੇਪੀ ਕੀ ਕਹਿੰਦੀ ਆ, ਸੈਂਟਰ 'ਚ ਬੀਜੇਪੀ ਕੀ ਕਹਿੰਦੀ ਆ, ਪੰਜਾਬ ਦੀ ਬੀਜੇਪੀ ਕੀ ਕਹਿੰਦੀ ਆ, ਤਿੰਨ ਜਿਹੜੀਆਂ ਸਟੇਟਮੈਂਟਾਂ ਬੀਜੇਪੀ ਦੀਆਂ ਨੇ ਜਿਹੜੀਆਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਨੇ, ਅਤੇ ਇਸੇ ਤਰ੍ਹਾਂ ਜਿਹੜਾ ਜਿਸ ਤਰ੍ਹਾਂ ਕਾਂਗਰਸ ਹੈ, ਪਰੰਤੂ ਪੰਜਾਬ ਦੀਆਂ ਸਾਰੀਆਂ ਜਿਹੜੀਆਂ ਪਾਰਟੀਆਂ ਨੇ, ਕਿਉਂਕਿ ਸਾਡੇ ਪਾਸ ਪਾਣੀ ਉਹ ਹੈ ਨੀਗਾ, ਮੇਜਰ ਤਾਂ ਸਰਕਾਰਾਂ ਨੇ ਕਰਨਾ ਨਾ, ਦੋ ਚਾਰ ਸ਼ਬਦਾਂ ਦਾ ਹੱਲ, ਇਹਦਾ ਹੱਲ ਇਹੀ ਹੈ ਕਿ ਸੈਸ਼ਨ ਬੁਲਾਇਆ ਜਾਵੇ, ਅਤੇ ਉੱਧਰੋਂ ਜਿਹੜਾ ਹੈ ਜੋ ਸੁਪਰੀਮ ਕੋਰਟ ਨੇ ਐਡਵਾਈਸ ਕੀਤਾ, ਨਰਿੰਦਰ ਮੋਦੀ ਪ੍ਰਧਾਨ ਮੰਤਰੀ ਨੇ ਉਹਨਾਂ ਦੇ ਉੱਤੇ ਦਬਾਅ ਪਾਇਆ ਜਾਵੇ ਕਿ ਵਾਰ ਵਾਰ ਫੈਸਲਾ ਕਰਾਇਆ ਜਾਵੇ, ਜਦੋਂ ਪਾਣੀ ਹੈ ਨਹੀਂ ਤਾਂ ਪਾਣੀ ਦਿੱਤਾ ਕਿੱਥੋਂ ਜਾ ਸਕਦਾ, ਅਤੇ ਇਸ ਕਰਕੇ ਇਹਦਾ ਹੱਲ ਇੱਕੋ ਹੀ ਹੈ ਕਿ ਨਰਿੰਦਰ ਮੋਦੀ ਜੀ ਦੇ ਹੱਥ ਦੇ ਵਿੱਚ ਇਹਦੀ ਚਾਬੀ ਹੈ, ਅਤੇ ਇਹ ਬਾਦਲ ਸਾਹਿਬ ਉਸ ਨੂੰ ਜਿਹੜੇ ਰਾਜਨੀਤਿਕ ਤੌਰ 'ਤੇ ਉਹਨਾਂ ਦੀ ਭਾਈਵਾਲੀ ਹੈ, ਉਹ ਉਹਨੂੰ ਬੇਨਤੀ ਕਰਕੇ ਉਹਨਾਂ ਦੇ ਨਾਲ ਰਾਬਤਾ ਕਰਕੇ ਖਿਲਾ ਸਕਦੇ ਨੇ, ਜਾਂ ਫਿਰ ਜਿਹੜੇ ਕੈਪਟਨ ਸਾਹਿਬ ਨੇ ਉਹ ਸਾਰੀਆਂ ਪਾਰਟੀਆਂ ਨੂੰ ਨਾਲ ਲੈ ਕੇ ਵਿਧਾਨ ਸਭਾ ਦੇ ਵਿੱਚ ਇੱਕ ਸੈਸ਼ਨ ਬੁਲਾਉਣ, ਅਤੇ ਉੱਥੇ ਸਾਰੇ ਇਸ ਮਾਮਲੇ 'ਤੇ ਇਕੱਠੇ ਨੇ। ਚਲੋ, ਬਹੁਤ ਬਹੁਤ ਧੰਨਵਾਦ, ਬੜਾ ਅਹਿਮ ਮਸਲਾ ਜਿਹਦੇ ਉੱਤੇ ਅੱਜ ਇਹ ਪੈਨਲ ਬੈਠਿਆ, ਜਿਹਦੇ ਉੱਤੇ ਅਸੀਂ ਵਿਚਾਰ ਕੀਤਾ। ਮਹਿਰਾ ਸਾਹਿਬ ਬਹੁਤ ਬਹੁਤ ਧੰਨਵਾਦ, ਗਿੱਲ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਦਰਸ਼ਨ ਸਿੰਘ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਸੋ ਇਹ ਮਸਲਾ ਜਿਹੜਾ ਹੈ ਇਹ ਨਿਕਟ ਭਵਿੱਖ ਦੇ ਵਿੱਚ ਕਿਸੇ ਚੰਗੀ ਪਹਿਲ ਦੇ ਨਾਲ ਖਤਮ ਹੁੰਦਾ ਨਜ਼ਰ ਨਹੀਂ ਆਉਂਦਾ, ਪਰ 2019 'ਚ ਜਦੋਂ ਨਰਿੰਦਰ ਮੋਦੀ ਪੰਜਾਬ ਆਉਣਗੇ ਤਾਂ ਜਾਗਦੀ ਜ਼ਮੀਰ ਵਾਲੇ ਲੋਕ ਨਰਿੰਦਰ ਮੋਦੀ ਤੋਂ ਇਹ ਸਵਾਲ ਜ਼ਰੂਰ ਪਾਉਣਗੇ ਕਿ 5 ਸਾਲਾਂ ਦੇ ਵਿੱਚ ਤੁਸੀਂ ਵੱਡੀਆਂ ਵੱਡੀਆਂ ਪੁਲਾਗਾਂ ਪੱਟੀਆਂ, GST ਲਾਗੂ ਕੀਤਾ, ਨੋਟਬੰਦੀ ਕੀਤੀ, ਪਰ SYL ਵਾਲੇ ਪਾਸੇ ਤੁਸੀਂ ਧਿਆਨ ਨਹੀਂ ਦੇ ਸਕੇ, ਔਰ ਕਿਤੇ ਨਾ ਕਿਤੇ BJP ਔਰ ਪ੍ਰਕਾਸ਼ ਸਿੰਘ ਬਾਦਲ ਸਮੇਤ ਕੈਪਟਨ ਅਮਰਿੰਦਰ, ਇਹ ਲੋਕਾਂ ਨੂੰ ਜਵਾਬ ਇਹਨਾਂ ਨੂੰ ਦੇਣਾ ਪਏਗਾ ਕਿ ਇਹਨਾਂ ਨੇ ਕੀ ਪਾਣੀਆਂ ਦੇ ਮਸਲੇ 'ਤੇ ਸਿਰਫ ਰਾਜਨੀਤੀ ਕੀਤੀ ਹੈ ਜਾਂ ਸੰਜੀਦਗੀ ਦੇ ਨਾਲ ਇਸ ਮਸਲੇ ਨੂੰ ਖਤਮ ਕਰਨ ਦੀ ਦਿਸ਼ਾ ਦੇ ਵਿੱਚ ਕੋਈ ਪਹਿਲ ਕੀਤੀ ਹੈ। ਅਸੀਂ ਲਗਾਤਾਰ ਨਜ਼ਰ ਬਣਾ ਕੇ ਰੱਖਾਂਗੇ ਆਉਂਦੇ ਦਿਨਾਂ ਦੇ ਵਿੱਚ ਵੀ ਇਸ ਨਾਲ ਜੁੜੀ ਸਿਆਸਤ ਔਰ ਹੱਲ ਵਾਲੇ ਪਾਸੇ ਜੇ ਕੋਈ ਕਦਮ ਚੱਕੇ ਗਏ ਤਾਂ ਜ਼ਰੂਰ ਚਰਚਾ ਕਰਾਂਗੇ। ਬਹੁਤ ਧੰਨਵਾਦ।